ਸ਼ਬਦ ਗੁਰੂ ਸਤ ਗੁਰੂ ਸ੍ਰੀ ਗੁਰੂ ਗ੍ਰੀਤ ਪਨਵਾਸ ਸਰਵਰੇ ਕਾਇਨਾਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਕੱਦਸ ਗੋਦ ਦੇ ਵਿੱਚ ਜੁੜ ਪਏ ਤੇ ਮੌਜੂਦ ਹਾਜ਼ਰੀਨ ਆਓ ਸਭ ਤੋਂ ਪਹਿਲਾਂ ਗੁਰੂ ਦੇ ਪਾਸ਼ਾ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਕਲਗੀਧਰ ਪਾਤਸ਼ਾਹ ਗੁਰਗੋਬਿੰਦ ਸਿੰਘ ਮਹਾਰਾਜ ਦੇ ਫਰਜ਼ਤਾਂ ਦੀ ਸ਼ਹਾਦਤ ਨੂੰ ਸਮਰਪਿਤ ਦਿਹਾੜੇ ਨੇ ਅਸੀਂ ਹਰ ਸਾਲ ਮਨਾਉਂਦੇ ਹਾਂ ਹਰ ਸਾਲ ਬੜੀ ਸ਼ਿੱਦਤ ਦੇ ਨਾਲ ਇਨ੍ਹਾਂ ਸ਼ਹਾਦਤਾਂ ਨੂੰ ਇਨ੍ਹਾਂ ਸਾਖਿਆ ਨੂੰ ਇਸ ਜੁੱਧ ਦੇ ਵਰਤਾਲਾਪ ਨੂੰ ਸਰਵਣ ਕਰਦੇ ਹਾਂ ਤੇ ਮੇਰੇ ਖਿਆਲ ਦੇ ਨਾਲ ਤਕਰੀਬਨ ਸਾਰੇ ਵਰਤਾਰੇ ਦਾ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ। ਛੋਟੇ ਸਾਹਿਬ ਜੀ ਦੀ ਸ਼ਹਾਦਤ ਕਿਵੇਂ ਹੋਈ? ਵੱਡੇ ਸਾਹਿਬ ਜੀ ਦੀ ਸ਼ਹਾਦਤ ਕਿਵੇਂ ਹੋਈ? ਤਕਰੀਬਨ ਅਸੀਂ ਸਾਰੇ ਹੀ ਜਾਣਦੇ ਆ। ਤੇ ਮੈਂ ਚਾਹੁੰਨਾ ਕਿ ਅੱਜ ਨਾ ਤਾਂ ਮੈਂ ਲੈਕਚਰ ਕਰਾਂ ਤੇ ਨਾ ਤੁਸੀਂ ਸੁਣੋ। ਅੱਜ ਅਸੀਂ ਸਾਰੇ ਵਰਤਾਰੇ ਦੇ ਇਤਿਹਾਸ ਦੇ ਵਿੱਚ ਮਹਿਸੂਸ ਕਰਨ ਦਾ ਯਤਨ ਕਰੀਏ ਸੁਣਨਾ ਔਖਾ ਹੁੰਦਾ ਹੈ ਬੋਲਣਾ ਸੌਖਾ ਹੁੰਦਾ ਹੈ ਪਰ ਜੇਕਰ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਵਰਤਾਰਿਆਂ ਦੀ ਸਾਡੀ ਮਾਨਸਿਕਤਾ ਦੇ ਉੱਪਰ ਇੱਕ ਛਾਪ ਬਣ ਜਾਵੇ ਸਾਨੂੰ ਇਹ ਸਾਡੇ ਅਹਿਸਾਸ ਦੇ ਵਿੱਚ ਇੱਕ ਪੀੜਾ ਦੇ ਰੂਪ ਚ ਜਨਮ ਲੈਣਾ ਇੱਕ ਐਸਾ ਜਖਮ ਹੋਵੇ ਜਿਹੜਾ ਸੂਰਜ ਬਣ ਜਾਵੇ ਜਿਹੜਾ ਭੁੱਖ ਦੇ ਵਾਸਤੇ ਕੌਮ ਦੇ ਜਿਹੜੇ ਉੱਚੇ ਦਹਿਦ ਸੇ ਨੇ ਉਹਨਾਂ ਨੂੰ ਨਿਰਧਾਰਿਤ ਕਰੇ ਤਾਂ ਉਹਦੇ ਵਾਸਤੇ ਸਭ ਤੋਂ ਜ਼ਰੂਰੀ ਹੋਵੇਗਾ ਇਸ ਸਾਰੇ ਵਰਤਾਰੇ ਨੂੰ ਮਹਿਸੂਸ ਕਰਨ ਦਾ ਯਤਨ ਕਰੀਏ ਕਿ ਕੀ ਕਿਤੇ ਉਸ ਹਾਲਾਤ ਦੇ ਵਿੱਚ ਅਸੀਂ ਜਾਂ ਸਾਡੇ ਬੱਚੇ ਹੁੰਦੇ ਐ ਇਸ ਨੂੰ ਮਹਿਸੂਸ ਜ਼ਰੂਰ ਕਰੀਏ ਪਰ ਜਦੋਂ ਅਸੀਂ ਇਸ ਸੰਤਾਪ ਦਰਦ ਦੇ ਅਹਿਸਾਸ ਨੂੰ ਮਹਿਸੂਸ ਕਰਨਾ ਹੁੰਦਾ ਤਾਂ ਸਭ ਤੋਂ ਪਹਿਲਾਂ ਸਾਡੇ ਸਾਹਮਣੇ ਇੱਕ ਗੱਲ ਹੁੰਦੀ ਹੈ ਕਿ ਸਾਰੇ ਵਰਤਾਰੇ ਦਾ ਆਰੰਭ ਕਿੱਥੋਂ ਹੁੰਦਾ ਹੈ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਛੋਟੀਆਂ-ਛੋਟੀਆਂ ਕੁੰਡੀਆਂ ਨੂੰ ਵੀ ਖੋਲਣ ਦਾ ਯਤਨ ਕਰਾਂਗੇ ਅਕਸਰ ਸਾਨੂੰ ਇਹ ਹੀ ਦੱਸ ਦਿੱਤਾ ਜਾਂਦਾ ਹੈ ਕਿ ਅਨੰਦਪੁਰ ਸਾਹਿਬ ਦਾ ਪਹਿਲਾ ਨਾਮ ਮੱਖੋਵਾਲ ਸੀ ਮੱਖੋਵਾਲ ਇੱਕ ਦੇਵ ਸੀ ਉਸ ਮੱਖੋਵਾਲ ਦੀ ਜ਼ਮੀਨ ਨੂੰ ਖਰੀਦ ਕੇ ਚੱਕ ਨਾਨਕੀ ਜਿਹੜਾ ਨਗਰ ਉਹ ਵਸਾਇਆ ਗਿਆ ਤੇ ਜਦੋਂ ਪੌਣੇ ਇੱਕ ਪੰਜ ਸਾਲ ਦੀ ਆਜੂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਜਦੋਂ ਅਜੇ ਗੋਬਿੰਦ ਰਾਏ ਨੇ ਪਿਤਾ ਤੇ ਪੁੱਤਰ ਦੇ ਮਿਲਾਪ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਜਦੋਂ ਪੁੱਤਰ ਨੇ ਆਨੰਦ ਸਾਹਿਬ ਦਾ ਪਾਠ ਕੀਤਾ ਤੇ ਨਾਮ ਆਨੰਦਪੁਰ ਸਾਹਿਬ ਆ ਗਿਆ। ਥੋੜਾ ਜਿਹਾ ਕੁੰਡੀਆਂ ਨੂੰ ਖੋਲਣ ਦਾ ਯਤਨ ਕਰੀਏ। ਰਾਖਕ ਤੇ ਰક્ષਕ ਸੁਰ ਅਸੁਰ پری ਦੇਵ ਇਹ ਸਾਡੀ ਪ੍ਰਚਲਿਤ ਮਿਲਤ ਕਾਲਪਨਿਕ ਸਿਰਜਣਾ ਦੇ ਵਿੱਚ ਸਿਰਜੇ ਹੋਏ ਪਾਤਰ ਨੇ ਇਹਨਾਂ ਦਾ ਕੋਈ ਏਵੇਂ ਦਾ ਰੂਪ ਨਹੀਂ ਜਿਵੇਂ ਦਾ ਸਾਨੂੰ ਵਿਖਾਇਆ ਜਾਂਦਾ ਹੈ ਕਿ ਕੋਈ ਰਾਖਸ਼ ਹੋਵੇ ਤੇ ਵੱਡੇ ਵੱਡੇ ਦੰਦ ਹੋਣਗੇ ਵੱਡੇ ਵੱਡੇ ਸਿੰਘ ਹੋਣਗੇ ਨਹੀਂ ਉਹ ਲੋਕ ਜਿਹੜੇ ਕਿਸੇ ਨਾ ਕਿਸੇ ਤਾਕਤ ਦੇ ਸਦਕਾ ਦੁਨੀਆਂ ਦੇ ਵਿੱਚ ਆਮ ਲੋਕਾਂ ਨੂੰ ਦੁੱਖ ਦਾ ਕਾਰਨ ਬਣਦੇ ਨੇ ਅਸੀਂ ਉਹਨਾਂ ਨੂੰ ਦਿਓਸ਼ਬੱਤ ਦੇ ਨਾਲ ਸੰਬੋਧਿਤ ਕੀਤਾ ਜਦੋਂ ਇੱਕ ਵੱਡੀ ਸਲਤਨਤ ਦੇ ਰੂਪ ਦੇ ਵਿੱਚ ਲੋਕਾਂ ਨੂੰ ਆਪਣੇ ਨਾਲ ਤੋਰ ਕੇ ਵੱਡੀ ਸਲਤਨਤ ਨੂੰ ਉਹ ਖਤਰਾ ਪੈਦਾ ਕਰਦੇ ਨੇ ਅਸੀਂ ਉਹਨਾਂ ਨੂੰ ਅਸੁਰਾਂ ਦਾ ਨਾਮ ਦੇ ਦਿੱਤਾ ਤੇ ਜਦੋਂ ਉਹ ਆਪਣੀ ਉਸ ਅਸੁਰ ਰਾਜਸੀ ਖਿੱਤੇ ਦੀ ਧਾਰੇ ਦੇ ਵਿੱਚ ਲੋਕਾਂ ਨੂੰ ਤੰਗ ਕਰਦੇ ਨੇ ਅਸੀਂ ਰਾਖਸ਼ਸਤਾ ਨਾਮ ਦੇ ਦਿੱਤਾ ਹੈ ਉਹ ਵੀ ਇਨਸਾਨ ਕਿ ਵੱਖਰੀ ਚੀਜ਼ ਨਹੀਂ ਜਿਸ ਤਰ੍ਹਾਂ ਸਾਨੂੰ ਫੋਟੋਵਾਲਚ ਫਿਲਮਾਂ 'ਚ ਵਿਖਾ ਦਿੱਤਾ ਜਾਂਦਾ ਜੀ ਸਿਰ ਤੇ ਸਿੰਘ ਹੋਣਗੇ ਵੱਡੇ ਵੱਡੇ ਦੰਦ ਹੋਣਗੇ ਉਹ ਉਹ ਲੋਕ ਨੇ ਜਿੰਨਾ ਲੋਕਾਂ ਦਾ ਆਮ ਲੋਕਾਂ ਦੇ ਮਨਾਂ ਦੇ ਵਿੱਚ ਭੈ ਪੈਦਾ ਹੋ ਚੁੱਕਾ ਹੁੰਦਾ ਆ ਤੁਸੀਂ ਥੋੜਾ ਜਿਹਾ ਪਿੱਛੇ ਚਲੇ ਜਾਓ ਪਿੰਡਾਂ ਦੇ ਵਿੱਚ ਹੁੰਦਾ ਸੀ ਵੀ ਫਲਾਣੀ ਜਗ੍ਹਾ ਤੇ ਨਹੀਂ ਜਾਣਾ ਉੱਥੇ ਕੋਈ ਭੂਤ ਪ੍ਰੇਤ ਆ ਜਾਂ ਅਸੀਂ ਜਨਮ ਤੋਂ ਬੱਚਿਆਂ ਦੇ ਅੰਦਰ ਇੱਕ ਡਰ ਪਾਉਣਾ ਸ਼ੁਰੂ ਕਰ ਦਿੰਨੇ ਉਸ ਦਰਦ ਦੇ ਵਿੱਚੋ ਹੀ ਇਹ ਸਾਰੀ ਬਿਰਤੀ ਜਿਹੜੀ ਉਸ ਦਾ ਜਨਮ ਹੁੰਦਾ ਹੈ ਹੁਣ ਉੱਥੇ ਦੋ ਪਿੰਡਾਂ ਦੀ ਜਾਂ ਇੱਕ ਪਿੰਡ ਦੀ ਜ਼ਮੀਨ ਨਹੀਂ ਬਲਕਿ ਤਿੰਨ ਪਿੰਡਾਂ ਦੀ ਜ਼ਮੀਨ ਹੈ ਮੱਖਵਾਲ ਮਟੌਰ ਤੇ ਸਹੋਤਾ ਹੁਣ ਮੱਖਵਾਲ ਦੇ ਨਾਲ ਵੀ ਮੱਖੇਖਾਂ ਰਾਖਸ਼ ਦਾ ਜਨਮ ਜੁੜਦਾ ਹੈ ਮਟੌਰ ਦੇ ਨਾਲ ਵੀ ਮਾਟੇਖਾਂ ਰਾਖਸ਼ ਦਾ ਜਨਮ ਜੁੜਦਾ ਹੈ ਜਦੋਂ ਕਿ ਉਹ ਦੋਵੇਂ ਕੋਈ ਰਾਖਸ਼ ਨਹੀਂ ਉਹ ਉਹਨੇ ਸਮਿਆਂ ਦੇ ਵਿੱਚ ਟਿਹੜੀਆਂ ਪ੍ਰਵਿਰਤੀਆਂ ਦੇ ਮਾਲਕ ਲੋਕ ਨੇ ਜਿਨ੍ਹਾਂ ਦੇ ਕਰਕੇ ਲੋਕਾਂ ਦੇ ਵਿੱਚ ਇੱਕ ਡਰ ਹੈ ਤੇ ਉੱਥੇ ਕਿਹੜੇ ਗੁਰੂ ਸਾਹਿਬ ਨੇ ਜ਼ਮੀਨ ਖਰੀਦੀ ਜਿਨ੍ਹਾਂ ਨੇ ਸਭ ਤੋਂ ਸਾਡੇ ਸਾਹਮਣੇ ਡਰ ਦੀ ਪਰਭਾਸ਼ਾ ਕੱਢਣ ਦੇ ਵਾਸਤੇ ਇੱਕ ਪੈਰਾਮੀਟਰ ਰੱਖ ਦਿੱਤਾ ਭੈ ਕਾਹੂ ਕੋ ਦੇਤ ਨਾ ਨਹ ਪੈਮਾਨਤ ਆਨ ਕਹੋ ਨਾਨਕ ਸੁਨ ਰੇ ਮਨ ਗਿਆਨੀ ਤਾਹਿ ਬਖਾਨ ਮਨ ਦੇ ਵਿੱਚੋਂ ਭੈ ਨੂੰ ਕੱਢ ਦੇਣਾ ਡਰ ਨੂੰ ਕੱਢ ਦੇਣਾ ਸੋ ਉਸ ਭੈ ਨੂੰ ਮਨਾਂ ਦੇ ਵਿੱਚੋਂ ਕੱਢ ਕੇ ਜਿੱਥੇ ਲੋਕਾਂ ਦੇ ਮਨਾਂ ਦੇ ਅੰਦਰ ਉਸ ਖਿੱਤੇ ਦੇ ਵਿੱਚ ਵਸਣ ਦੇ ਕਰਕੇ ਭੈ ਸਿਰਜਿਆ ਗਿਆ ਸੀ ਉੱਥੇ ਆਨੰਦ ਸਿਰਜ ਦਿੱਤਾ ਤੇ ਅੱਜ ਅਸੀਂ ਉਸ ਨੂੰ ਆਨੰਦਪੁਰ ਸਾਹਿਬ ਦੇ ਨਾਮ ਦੇ ਨਾਲ ਜਾਣਦੇ ਹਾਂ ਲੰਬਾ ਸਮਾਂ ਕੀਰਾ ਪਿਆਰਿਆ ਮੈਂ ਆਰੰਭ ਚ ਕਿਹਾ ਸੀ ਇਤਿਹਾਸ ਕਰਨ ਨੂੰ ਇੱਕ ਆਦਤ ਮਾੜੀ ਵੀ ਹੁੰਦੀ ਚੰਗੀ ਵੀ ਹੁੰਦੀ ਹੈ ਕਿਸੇ ਨੂੰ ਵਿੱਚੋਂ ਵਿੱਚੋਂ ਕੁੰਡੀਆਂ ਜਿਹੀਆਂ ਯਾਦ ਆ ਜਾਂਦੀਆਂ ਨੇ ਜਿਸ ਲਈ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਕਸ਼ਮੀਰੀ ਬ੍ਰਾਹਮਣ ਆਉਂਦੇ ਨੇ ਕਿ ਸਾਡੇ ਧਰਮ ਦੀ ਰੱਖਿਆ ਕੀਤੀ ਜਾਵੇ ਹੁਣ ਉੱਥੇ ਇੱਕ ਸਵਾਲ ਮਨ ਦੇ ਵਿੱਚ ਪੈਦਾ ਹੁੰਦਾ ਹੈ ਕਿ ਬ੍ਰਾਹਮਣ ਤਾਂ ਇਸ ਭਾਰਤ ਦੇ ਚੱਪੇ-ਚੱਪੇ ਦੇ ਉੱਪਰ ਸੀ ਕਸ਼ਮੀਰ ਵਾਲਿਆਂ ਦਾ ਹੀ ਧਰਮ ਤਬਦੀਲ ਕਿਉਂ ਕੀਤਾ ਜਾ ਰਿਹਾ ਜਾਂ ਫਿਰ ਇੱਕ ਪਾਸੇ ਉਸੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਬਹੁਤ ਸਾਰੇ ਬ੍ਰਾਹਮਣ ਨੌਕਰੀ ਕਰਦੇ ਨੇ ਤੇ ਇੱਕ ਬ੍ਰਾਹਮਣ ਉਹ ਨੇ ਜਿਹਨਾਂ ਨੂੰ ਕਿਹਾ ਜਾ ਰਿਹਾ ਕਿ ਇਹਨਾਂ ਦਾ ਧਰਮ ਤਬਦੀਲ ਕੀਤਾ ਜਾਵੇ ਜਾਂ ਫਿਰ ਇੱਕ ਗੱਲ ਹੋਰ ਇੱਕ ਉਹ ਬ੍ਰਾਹਮਣ ਨੇ ਜਿੰਨਾ ਬ੍ਰਾਹਮਣਾ ਦੇ ਮੰਦਰਾਂ ਨੂੰ ਔਰੰਗਜ਼ੇਬ ਦੇ ਵੱਲੋਂ ਦਾਨ ਦਿੱਤਾ ਜਾ ਰਿਹਾ ਇੱਕ ਉਹ ਬ੍ਰਾਹਮਣ ਨੇ ਜਿਨ੍ਹਾਂ ਦੇ ਮੰਦਰ ਤੋੜੇ ਜਾ ਰਹੇ ਨੇ ਫਿਰ ਅੰਤਰ ਕੀ ਹੈ ਜੇ ਸਾਨੂੰ ਇਸ ਅੰਤਰ ਦਾ ਪਤਾ ਲੱਗ ਜਾਵੇ ਨਾ ਸਾਨੂੰ ਹੁਣ ਤੱਕ ਦੀ ਰਾਜਨੀਤੀ ਦੇ ਜਿਹੜੀ ਵਿਪਰ ਦੀ ਮਾਨਸਿਕਤਾ ਉਹਨੂੰ ਸਮਝਣ 'ਚ ਆਸਾਨੀ ਹੋਵੇਗੀ ਬਾਬਾ ਗੌਤਮ ਗੁਰੂ ਨਾਨਕ ਸਾਹਿਬ ਦੇ ਸਮੇਂ ਸਿੱਖੀ ਚਾਇਆ ਬਾਬਰ ਦੇ ਨਾਲ ਇਸ ਨੇ ਲੜਨ ਦੀ ਜ਼ਰੂਰਤ ਕੀਤੀ ਸੀ ਇਹ ਭਾਈ ਮਤੀਦਾਸ ਹੁਣਾ ਦਾ ਵਡੇਰਾ ਸੀ ਚਾਹੇ ਬਾਬੇ ਗੋਤਮ ਦਾ ਪਰਿਵਾਰ ਹੋਵੇ ਚਾਹੇ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਦਾ ਪਰਿਵਾਰ ਹੋਵੇ ਚਾਹੇ ਗੁਰੂ ਸਾਹਿਬ ਦੀ ਸ਼ਰਮ ਦੇ ਵਿੱਚ ਆਉਣ ਵਾਲੇ ਕਸ਼ਮੀਰੀ ਬ੍ਰਾਹਮਣ ਅੜੂ ਦੱਤ ਦੇ ਪਰਿਵਾਰ ਦੇ ਵਿੱਚੋਂ ਕਿਰਪਾ ਰਾਮ ਦੱਤ ਦਾ ਪਰਿਵਾਰ ਹੋਵੇ ਜਾਂ ਫਿਰ ਗੁਰਨਾਨਕ ਸਾਹਿਬ ਦੇ ਸਮੇਂ ਹਾਂਸੀ ਵਾਲੇ ਰਾਜਪੂਤ ਜਗਤ ਰਾਏ ਦੇ ਪੁੱਤਰ ਅਮਰਤ ਰਾਏ ਦਾ ਪਰਿਵਾਰ ਹੋਵੇ ਇਹ ਜਿੰਨੇ ਵੀ ਬ੍ਰਾਹਮਣ ਸਿੱਖ ਧਰਮ ਦੇ ਵਿੱਚ ਆਏ ਇਹ ਸਾਰੇ ਸ਼ੈਵ ਬ੍ਰਾਹਮਣ ਸੀ ਵੈਸ਼ਨਵ ਬ੍ਰਾਹਮਣ ਤਾਂ ਹਮੇਸ਼ਾ ਗੁਰੂ ਘਰ ਦੇ ਵਿਰੋਧ ਚ ਖੜਿਆ ਰਿਹਾ ਇਸੇ ਕਰਕੇ ਅੱਜ ਤੱਕ ਵੀ ਸ਼ੈਵ ਬ੍ਰਾਹਮਣਾਂ ਨੂੰ ਖਤਮ ਕੀਤਾ ਗਿਆ ਕਿਉਂਕਿ ਉਹਨਾਂ ਦੇ ਅੰਦਰ ਇੱਕ ਜਝਾਰੂ ਅੰਚ ਸੀ ਵੈਸ਼ਨਵ ਦੇ ਵਿੱਚ ਉਹ ਨਹੀਂ ਹੁਣ ਮੈਂ ਤੁਹਾਨੂੰ ਕੋਈ ਉਦਾਹਰਨ ਦੇਣੀ ਹੋਵੇ ਗੁਰੂ ਨਾਨਕ ਸਾਹਿਬ ਜਦੋਂ ਵੇਖੋ ਬਾਕੀ ਸਾਰਾ ਤੁਸੀਂ ਸੁਣਿਆ ਪਰ ਇਹਨਾਂ ਗੱਲਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਗੁਰੂ ਨਾਨਕ ਸਾਹਿਬ ਜਦੋਂ ਕੁਰੂਖੇਤਰ ਨੇ ਤਾਂ ਉਸ ਵੇਲੇ ਸੂਰਜ ਗ੍ਰਹਿਣ ਦਾ ਦਿਸ਼ ਹੈ ਤੇ ਉਸ ਸਮੇਂ ਬ੍ਰਾਹਮਣਾਂ ਨੇ ਕਿਹਾ ਕਿ ਅੱਗ ਨਹੀਂ ਬਲਣੀ ਤੇ ਜਿਹੜਾ ਅਮਰਤ ਰਾਏ ਦਾ ਬੇਟਾ ਜਗਤ ਰਾਏ ਆ ਇੱਕ ਰਾਜਕਮਾਰ ਆ ਉਹ ਹਿਰਨ ਦਾ ਸੂਰ ਦਾ ਸ਼ਿਕਾਰ ਕਰਕੇ ਲੈ ਕੇ ਆ ਰਿਹਾ ਉਹ ਵੀ ਬ੍ਰਾਹਮਣ ਆ ਜਿਹੜਾ ਸੂਰ ਦਾ ਹਿਰਨ ਦਾ ਸ਼ਿਕਾਰ ਕਰਕੇ ਲੈ ਕੇ ਆ ਰਿਹਾ ਅੱਗ ਬਾਲ ਰਿਹਾ ਤੇ ਉਹ ਵੀ ਬ੍ਰਾਹਮਣ ਆ ਜਿਹੜਾ ਕਹਿ ਰਿਹਾ ਅੱਗ ਨਹੀਂ ਬਾਲਣੀ ਕਿਉਂਕਿ ਜਿਹੜਾ ਤੁਹਾਨੂੰ ਕਰਮਕਾਂਡਾਂ ਚ ਉਲਝਾ ਰਿਹਾ ਕਿ ਸੂਰ ਚ ગ્રਹਣ ਵਾਲੇ ਦਿਨ ਅੱਗ ਨਹੀਂ ਬਾਲਣੀ ਉਹ ਵੈਸ਼ਨਵ ਹੈ ਜਿਹੜਾ ਸ਼ਿਕਾਰ ਕਰਕੇ ਲੈ ਕੇ ਆ ਰਿਹਾ ਉਹ ਸ਼ੈਵ ਹੈ ਹੰਸੀ ਦਾ ਰਹਿਣ ਵਾਲਾ ਇਹ ਦੋਵੇਂ ਬ੍ਰਾਹਮਣ ਜਿਸ ਦਿਨ ਅਸੀਂ ਇਸ ਕੁੰਡੀ ਨੂੰ ਸਮਝ ਜਾਵਾਂਗੇ ਨਾ ਫੇਰ ਪਤਾ ਲੱਗੇਗਾ ਕਿ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਮ ਦੇ ਵਿੱਚ ਬ੍ਰਾਹਮਣ ਆਏ ਉਹ ਕਿਹੜੇ ਸੀ ਮੈਂ ਪਿੱਛੇ ਜੇ ਇੱਕ ਕਿਤਾਬ ਪੜ ਰਿਹਾ ਸੀ ਪ੍ਰਾਣੀ ਕਿਤਾਬ ਸੀ ਸ਼ਾਇਦ ਬ੍ਰਾਹਮਣਾਂ ਦੇ ਬਾਰੇ ਉਹਦੇ ਵਿੱਚ ਇੱਕ ਵਿਅਕਤੀ ਲੇਖਕ ਆਪੇ ਆਪਣੇ ਆਪ ਨੂੰ ਸਵਾਲ ਕਰਦਾ ਕਹਿੰਦਾ ਦੁਨੀਆਂ ਦੇ ਲੋਕੋ ਜੇ ਤੁਸੀਂ ਕਿਸੇ ਪਿੰਡ ਦੇ ਵਿੱਚ ਜਾਓ ਤੇ ਉੱਥੇ ਸਾਰੇ ਬ੍ਰਾਹਮਣ ਵਸਦੇ ਹੋਣ ਤੇ ਤੁਸੀਂ شناਖਿਤ ਕਰਨੀ ਹੋਵੇ ਕਿ ਸ਼ੈਅ ਬ੍ਰਾਹਮਣ ਦਾ ਘਰ ਕਿਹੜਾ ਹੈ ਕਹਿੰਦਾ ਪਤਾ ਕੀ ਉਹਦਾ ਨਿਸ਼ਾਨੀ ਕੀ ਹੋਊਗੀ ਉਹਦੇ ਬਨੇਰੇ ਤੇ ਕਾਂ ਜ਼ਰੂਰ ਬੈਠੇ ਹੋਣਗੇ ਕਿਉਂਕਿ ਉਹ ਖੀਰ ਖਾਣ ਵਾਲਾ ਨਹੀਂ ਉਹ ਸ਼ਿਕਾਰ ਕਰਨ ਵਾਲਾ ਉਹ ਬਹਾਦਰੀ ਦਾ ਉਹ ਅੰਚ ਸੀ ਜਿਹੜਾ ਸਿੱਖੀ ਦੇ ਵਿੱਚ ਆਇਆ ਖੈਰ ਅਨੰਦਪੁਰ ਸਾਹਿਬ ਨੂੰ ਘੇਰਾ ਲੰਬਾ ਸਮਾਂ ਪਿਆਰਿਆ ਇੱਥੇ ਫਿਰ ਇੱਕ ਕੁੰਡੀ ਨੂੰ ਖੋਲਣ ਦਾ ਯਤਨ ਕਰੀਏ ਪਹਾੜੀ ਰਾਜਿਆਂ ਦੇ ਵੱਲੋਂ ਪੰਡਿਤ ਪਰਮਾਨੰਦ ਨੂੰ ਭੇਜਿਆ ਗਿਆ ਕਿ ਜੇਕਰ ਗੁਰੂ ਸਾਹਿਬ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦੇਣ ਇਹਨਾਂ ਦੇ ਉੱਪਰ ਕੋਈ ਹਮਲਾ ਨਹੀਂ ਕੀਤਾ ਜਾਵੇਗਾ ਗੁਰੂ ਸਾਹਿਬ ਦੇ ਸਾਹਮਣੇ ਉਸ ਦੀ ਪੇਸ਼ਕਸ਼ ਕੀ ਹੈ ਉਹ ਇੱਕ ਥਾਲੀ ਦੇ ਵਿੱਚ ਘਾਹ ਦੀ ਤਣ ਘਾਹ ਦਾ ਟੀਲਾ ਰੱਖਦਾ ਤੇ ਇੱਕ ਆਟੇ ਦੀ ਗੋਬ ਬਣਾਉਂਦਾ ਉਹ ਘਾਹ ਦਾ ਟੀਲਾ ਆਪਣੇ ਮੂੰਹ 'ਚ ਰੱਖਦਾ ਤੇ ਦਰਬਾਰ ਦੇ ਵਿੱਚ ਆਟੇ ਦੀ ਗਊ ਲੈ ਕੇ ਪੇਸ਼ ਹੁੰਦਾ ਹੈ ਪਹਿਲੀ ਗੱਲ ਤੇ ਉਹ ਗੁਰੂ ਸਾਹਿਬ ਦੇ ਸਾਹਮਣੇ ਆਪਣੀ ਅਧੀਨਗੀ ਪ੍ਰਗਟ ਕਰਦਾ ਹੈ ਕਿ ਵੇਖੋ ਮੈਂ ਮੂੰਹ ਦੇ ਵਿੱਚ ਘਾ ਲੈ ਕੇ ਖੜਾ ਹਾਂ ਤੇ ਮੈਂ ਤੁਹਾਡੇ ਸਾਹਮਣੇ ਗਊ ਆ ਫਿਰ ਉਹ ਆਪਣੇ ਧਾਰਮਿਕ ਕੀਤੇ ਨੂੰ ਪੇਸ਼ ਕਰਦਾ ਹੈ ਕਿ ਅਸੀਂ ਤੁਹਾਡੇ ਸਾਹਮਣੇ ਗਊ ਗਰੀਬ ਵਰਗੀਆਂ ਜਿਵੇਂ ਥਾਲੀ ਦੇ ਵਿੱਚ ਗਊ ਪਈ ਹੈ ਸਾਡੀ ਰੱਖਿਆ ਕਰੋ ਮਾਤਾ ਜੀ ਕੁਦਰਤੀਨ ਔਰਤਾਂ ਦਾ ਮਨ ਜਿਹੜਾ ਹੁੰਦਾ ਉਹ ਜ਼ਿਆਦਾ ਵੇਦਨਾ ਨਾਲ ਭਰਪੂਰ ਹੁੰਦਾ ਹੈ ਮਾਤਾ ਗੁਜ਼ਰਕਔਰਜੀ ਕਹਿੰਦੇ ਨੇ ਬੇਟਾ ਜੀ ਇੰਨੀ ਅਧীনਗੀ ਨਿਰਮਾਣਤਾ ਤੇ ਧਰਮ ਦੀ ਕਸਮ ਲੈ ਕੇ ਆਏ ਨੇ ਇਹਨਾਂ ਦੀ ਗੱਲ ਮੰਨ ਲਓ ਤੇ ਪਾਸ਼ਾ ਮੁਸਕਰਾ ਕੇ ਕਹਿੰਦੇ ਆ ਮੰਨ ਵੀ ਲੈਨੇ ਆ ਪਰ ਜੋ ਮਨ ਦੇ ਵਿੱਚ ਹੈ ਉਹ ਵੀ ਵਿਖਾ ਦਿੰਦੇ ਆ ਪਰ ਮਾਤਾ ਜੀ ਜਿਸ ਕੀ ਮੈਂ ਮਹਿਮਾ ਪ੍ਰਕਾਸ਼ ਦੇ ਸ਼ਬਦ ਦੱਸ ਤਾ ਜਿਸ ਜਾਨਵਰ ਕੀ ਕਸਮ ਖਾਤ ਉਹ ਤੋਂ ਜਾਨਵਰ ਉਸਕਾ ਕਿਆ ਵਸਾ ਸਾਡਾ ਗਊ ਪੂਜਾ ਦੇ ਨਾਲ ਕੀ ਸੰਬੰਧ ਅੱਜ ਮੈਂ ਵੇਖਦਾ ਸਾਡੇ ਬਾਬੇ ਹੀ ਪਾਏ ਬਾਣੇ ਹੁੰਦੇ ਆ ਗਊਆਂ ਦੇ ਵਗ ਨਾਲ ਲਈ ਫਿਰਦੇ ਚੱਲ ਰਿਹਾ ਸਾਡੇ ਦੇ ਵਿੱਚ ਇਹ ਕੁਛ ਅਸੀਂ ਆਪੇ ਆਪੇ ਆਪਣੀ ਗਊ ਦੇ ਉਪਾਸ਼ਕ ਜਿਹੜੇ ਆ ਉਹ ਸਿੱਧ ਕਰਨ ਦੇ ਵਿੱਚ ਲੱਗੇ ਹੋਏ ਆ ਖੈਰ ਪਾਤਸ਼ਾਹ ਕਹਿੰਦੇ ਮਾਤਾ ਜੀ ਗੱਲ ਵੀ ਮੰਨ ਲੈਣੇ ਆ ਇਹਨਾਂ ਦੇ ਮਨ ਦੇ ਵਿੱਚ ਕੀ ਆ ਉਹ ਵੀ ਗੱਲ ਦੱਸ ਦਿੰਨੇ ਆ ਪਰ ਇਸ ਆਟੇ ਦੀ ਗਊ ਕਰਕੇ ਨਹੀਂ ਇਸਕਾ ਕੀ ਵਿਸਾਹ ਇਹ ਤਾਂ ਜਾਨਵਰ ਹੈ ਇਹਦੇ ਕਰਕੇ ਉਸ ਨੂੰ ਇਕਰਾਰ ਦਿੱਤਾ ਰਾਤ ਨੂੰ ਅਸੀਂ ਆਪਣੇ ਵਹੀਰ ਦੇ ਨਾਲ ਇੱਥੋਂ ਨਿਕਲ ਜਾਵਾਂਗੇ ਪਰ ਵਹੀਰ ਨਹੀਂ ਨਿਕਲਿਆ ਆਨੰਦਪੁਰ ਸਾਹਿਬ ਕੇਸਗੜ ਸਾਹਿਬ ਤੇ ਲੋਹਗੜ ਕਿਲੇ ਦਾ ਵਾਧੂ ਘਾਟੂ ਸਬਾਨ ਕੁਝ ਗੱਦਿਆਂ ਦੇ ਉੱਪਰ ਲੱਦਿਆ ਜਿਹੜੇ ਬਲਦਸੀ ਉਹਨਾਂ ਦੇ ਸਿੰਘਾਂ ਦੇ ਉੱਪਰ ਮਸ਼ਾਲਾਂ ਬਾਲ ਕੇ ਲਾ ਦਿੱਤੀਆਂ ਗਿਆ ਕਿ ਇੰਜ ਲੱਗੇ ਬੜੀ ਫੌਜ ਆ ਰਹੀ ਹੈ ਤੇ 10 12 ਗੱਡੇ ਜਦੋਂ ਕਿਲੇ ਦੇ ਵਿੱਚੋਂ ਬਾਹਰ ਕੱਢੇ ਵਾਧੂ ਘਾਟੂ ਸਮਾਨ ਦੇ ਤੇ ਪਹਾੜੀ ਰਾਜਿਆਂ ਹਮਲਾ ਕਰ ਦਿੱਤਾ ਫਿਰ ਪਾਤਸ਼ਾਹ ਸਵੇਰੇ ਕਹਿੰਦੇ ਨੇ ਕਿ ਆਹ ਹੈ ਇਹਨਾਂ ਦੇ ਮਨ ਅੰਦਰ ਕੀ ਹੈ ਅਸੀਂ ਮੰਨ ਲਈ ਪਰ ਇਹਨਾਂ ਦੇ ਮਨ ਅੰਦਰ ਕੀ ਸੀ ਤੁਹਾਨੂੰ ਇਹ ਵੀ ਵਿਖਾ ਦਿੱਤਾ ਹੁਣ ਅਗਲੀ ਗੱਲ ਉਹ ਸਭ ਤੋਂ ਜ਼ਰੂਰੀ ਅਸੀਂ ਕੀ ਗਏ ਨੇ ਇਸ ਸਟੇਜ ਦੇ ਉੱਪਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਪਹਾੜੀ ਫੌਜਾਂ ਨੇ ਧੋਖਾ ਕੀਤਾ ਕਹਿੰਦੇ ਜੀ ਔਰੰਗਜ਼ੇਬ ਨੇ ਧੋਖਾ ਕੀਤਾ ਤੇ ਜਦੋਂ ਅਸੀਂ ਗੁਰੂ ਦੀ ਰੋਹਾਨੀ ਅਜ਼ਮਤ ਦੀ ਗੱਲ ਕਰਦੇ ਅਸੀਂ ਕਿੰਨੇ ਗੁਰੂ ਅਸ਼ਲ ਹੈ ਗੁਰੂ ਛਲਿਆ ਨਹੀਂ ਜਾ ਸਕਦਾ ਵੀ ਜਿਹੜਾ ਗੁਰੂ ਹੀ ਧੋਖੇ ਦਾ ਸ਼ਿਕਾਰ ਹੋ ਗਿਆ ਉਹਦੀ ਗੁਰੂ ਦੀ ਅਜ਼ਮਤ ਕੀ ਹੋਈ ਉਹ ਗੁਰੂ ਕੀ ਹੋਇਆ ਜਿਸ ਨਾਲ ਕੋਈ ਧੋਖਾ ਕਰ ਲਵੇ ਨਹੀਂ ਗੁਰੂ ਪਾਠਨ ਕਿਸੇ ਤਰ੍ਹਾਂ ਦਾ ਕੋਈ ਧੋਖਾ ਨਹੀਂ ਹੋਇਆ ਬਲਕਿ ਜਿਹੜੇ ਲੋਕਾਂ ਨੇ ਗੁਰੂ ਸਾਹਿਬ ਦੇ ਨਾਲ ਧੋਖਾ ਕਰਨ ਦਾ ਯਤਨ ਕੀਤਾ ਗੁਰੂ ਸਾਹਿਬ ਨੇ ਉਹਨਾਂ ਦੀ ਨੀਅਤ ਨੂੰ ਲੋਕਾਂ ਦੇ ਸਾਹਮਣੇ ਪ੍ਰਗਟ ਕਰ ਦਿੱਤਾ ਔਰੰਗਜ਼ੇਬ ਦਾ ਸ਼ਾਹੀ ਕਾਜ਼ੀ ਸਮਾਣੇ ਦਾ ਰਹਿਣ ਵਾਲਾ ਵੱਲੀ हसन ਕੁਰਾਨ ਸ਼ਰੀਫ ਦੀ ਜिल्ਦ ਲੈ ਕੇ ਆਇਆ ਔਰ ਉਹਦੇ ਅਖੀਰ ਦੇ ਉੱਪਰ ਇੱਕ ਕਸਮ ਲਿਖੀ ਹੋਈ ਹੈ ਫਾਰਸੀ ਦੇ ਵਿੱਚ ਕਿ ਤਸ਼ਰੀਫ ਦਰ ਕਸਬਾ ਕਾਂਗੜ ਕੁਨਦ ਵਜ਼ਾ ਪਸ ਮੁਲਾਕਾਤ ਬਾਹਮ ਸ਼ਵਦ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਸੀਂ ਸਾਡੀ ਇਸ ਕੁਰਾਨ ਦੀ ਕਸਮ ਤੇ ਇਮਾਨ ਦੇ ਉੱਪਰ ਵਿਸ਼ਵਾਸ ਰੱਖਦੇ ਹੋਏ ਤੁਸੀਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਦੀਨਾ ਕਾਂਗੜ ਦੇ ਇਲਾਕੇ ਦੇ ਵਿੱਚ ਆ ਜਾਓ ਤੁਹਾਡੇ ਤੇ ਹਮਲਾ ਨਹੀਂ ਕੀਤਾ ਜਾਵੇਗਾ। ਅਸੀਂ ਕਿੰਨੇ ਗੁਰੂ ਸਾਹਿਬ ਤੋਂ ਠੋਕੇ ਦਾ ਸ਼ਿਕਾਰ ਹੋਏ। ਇਹੀ ਕਹਿੰਨੇ ਜੀ। ਨਹੀਂ। ਗੁਰੂ ਸਾਹਿਬ ਨੇ ਇਹਦਾ ਜਵਾਬ ਜਿਹੜਾ ਜਫਰਨਾਮੇ 'ਚ ਦਿੱਤਾ ਉਹ ਕਹਿੰਦੇ ਨੇ ਬਾਦਸ਼ਾਹ ਔਰੰਗਜ਼ੇਬ ਤੁਰਾ ਗਰਬ ਬਾਇਦ ਬਕੌਲੇ ਕੁਰਾਂ ਬਨਿਜ ਦੇ ਸ਼ਮਾਰਾ ਰਸਾਨਮ ਹਮਾ। ਔਰੰਗਜ਼ੇਬ ਤੇਰੀ ਭੇਜੀ ਹੋਈ ਉਹ ਕੁਰਾਨ ਜਿਹਦੇ ਇਮਾਨ ਨੂੰ ਸਲਾਮਤ ਰੱਖਣ ਦਾ ਮੈਂ ਯਤਨ ਕੀਤਾ ਉਹ ਮੇਰੇ ਕੋ ਅਜੇ ਤੱਕ ਪਈ ਆ ਕੇ ਵੇਖ ਸਕਦਾ ਹੁਣ ਤੁਸੀਂ ਵੇਖੋ ਕਿ ਗੁਰੂ ਸਾਹਿਬ ਕੀ ਧੋਖੇ ਦੇ ਵਿੱਚ ਆਏ ਨਹੀਂ ਗੁਰੂ ਸਾਹਿਬ ਔਰੰਗਜ਼ੇਬ ਦੀ ਗੱਲ ਨਾ ਮੰਨਦੇ ਅਸੀਂ ਕਹਿੰਦੇ ਧੋਖਾ ਨਹੀਂ ਕੀਤਾ ਗਿਆ ਗੁਰੂ ਸਾਹਿਬ ਅਨੰਦਪੁਰ ਸਾਹਿਬ ਦਾ ਕੇਸਗੜ੍ਹ ਸਾਹਿਬ ਦਾ ਲੋਹਗੜ੍ਹ ਦਾ ਕਿਲਾ ਨਾ ਛੱਡਦੇ ਜੰਗ ਉੱਥੇ ਵੀ ਹੁੰਦੀ ਹੈ ਲੜਾਈਆਂ ਉੱਥੇ ਵੀ ਹੁੰਦੀਆਂ ਇਹ ਗੱਲ ਵੱਖਰੀ ਹੈ ਕਿ ਭਗੌਲਿਕ ਤੌਰ ਦੇ ਉੱਪਰ ਚਮਕੌਰ ਦੀ ਗੜੀ ਦੇ ਨਾਲੋਂ ਜਗ੍ਹਾ ਖੁੱਲੀ ਸੀ ਜੰਗ ਥੋੜੀ ਹੋਰ ਲੰਬਾ ਸਮਾਂ ਚੱਲ ਜਾਂਦੀ ਸੀ ਸ਼ਹਾਦਤਾਂ ਉੱਥੇ ਵੀ ਹੁੰਦੀਆਂ ਤੇ ਫੇਰ ਅੱਜ ਕੱਲ ਦੇ ਵਿਦਵਾਨਾਂ ਨੇ ਕੀ ਕਹਿਣਾ ਸੀ ਔਰੰਗਜੀਬ ਬੜਾ ਉਧਾਰ ਸੀ ਜੇ ਕਿਤੇ ਗੁਰੂ ਨੇ ਔਰੰਗਜੀਬ ਦੀ ਗੱਲ ਮੰਨ ਕੇ ਅਨੰਦਪੁਰ ਸਾਹਿਬ ਛੱਡਿਆ ਹੁੰਦਾ ਤੇ ਗੁਰੂ ਦਾ ਔਰੰਗਜ਼ੇਬ ਵਰਗੇ ਉਦਾਰ ਚਿਤ ਰਾਜੇ ਨੇ ਕੋਈ ਨੁਕਸਾਨ ਨਹੀਂ ਸੀ ਕਰਨ ਆਪਣੇ ਨੁਕਸਾਨ ਦਾ ਕਾਰਨ ਗੁਰੂ ਆਪ ਹੈ ਫਿਰ ਸਾਡਾ ਇਤਿਹਾਸ ਕਿੱਧਰ ਨੂੰ ਹੋਣਾ ਸੀ ਮੈਂ ਤੇ ਹੈਰਾਨ ਹ ਸਾਡੇ ਆਪਣੇ ਪ੍ਰਚਾਰਕ ਸਤੀਤੋ ਇਹ ਗੱਲ ਕਹਿ ਦਿੰਦੇ ਜੀ ਗੁਰੂ ਸਾਹਿਬ ਦੇ ਨਾਲ ਧੋਖਾ ਹੋਇਆ ਮੈਂ ਕਿੰਨਾ ਜਿਹੜਾ ਧੋਖੇ ਦੇ ਵਿੱਚ ਆ ਗਿਆ ਫਿਰ ਗੁਰੂ ਕੀ ਹੋਇਆ ਨਹੀਂ ਗੁਰੂ ਸਾਹਿਬ ਨੇ ਜਿਹੜਾ ਇੰਨਾ ਵੱਡਾ ਭੁਇਕ ਦਾ ਧੋਖਾ ਹੋਣਾ ਸੀ ਉਹਨੂੰ ਸਾਡੇ ਸਾਹਮਣੇ ਨਸ਼ਰ ਕਰਕੇ ਰੱਖ ਦਿੱਤਾ ਕਿ ਤੇਰੀ ਕੁਰਾਨ ਤੇ ਇਮਾਨ ਦੇ ਚੱਲਦਿਆਂ ਅਨੰਦਪੁਰ ਸਾਹਿਬ ਨੂੰ ਵੀ ਛੱਡਿਆ ਤੇ جنگ ਵੀ ਲੜੀਏ ਹੁਣ ਇਸ جنگ ਦੀ ਗੱਲ ਕਰੀਏ ਇਹਦੇ ਚ ਦੋ ਰੂਪ ਸਾਨੂੰ ਸਾਡੇ ਸਾਹਮਣੇ ਆਉਣਗੇ ਇਹਦੇ ਚ ਇੱਕ ਸਾਕਾ ਹੋਵੇਗਾ ਇੱਕ جنگ ਹੋਵੇਗੀ ਸਾਕਾ ਤੇ جنگ ਇਨਾਂ ਦੋਵਾਂ ਦੇ ਵਿੱਚ ਕੁਝ ਚੀਜ਼ਾਂ ਸਾਂਝੀਆਂ ਹੁੰਦੀਆਂ ਨੇ। ਸਾਕੇ ਦੇ ਵਿੱਚ ਕਰੋਨਾ ਰਸ ਵੀ ਹੁੰਦਾ ਹੈ। ਜਦੋਂ ਤੁਸੀਂ ਸੁਣਦੇ ਹੋ ਨਾ ਅੱਖਾਂ ਦੇ ਵਿੱਚ ਹੰਝੂ ਵੀ ਆਉਂਦੇ ਨੇ। ਸਾਕੇ 'ਚ ਵੀਰ ਰਸ ਵੀ ਹੁੰਦਾ ਹੈ। ਤੁਹਾਨੂੰ ਜੋਸ਼ ਵੀ ਆਉਂਦਾ ਹੈ। ਪਰ ਉਹ ਤੇ ਸਾਕੇ ਦੇ ਵਿੱਚ ਨਾ ਵੇਤਪਸ ਰਸ ਹੁੰਦਾ ਹੈ, ਨਾ ਮਾਰੂ ਰਸ ਹੁੰਦਾ ਹੈ। ਤੇ ਨਾ ਉਹਦੇ ਵਿੱਚ ਸ਼ਸਤਰਾਂ ਦੀ ਟਣਕਾਰ ਤੇ ਚਮਕਾਰ ਹੁੰਦੀ ਹੈ ਜਦੋਂ ਕਿ ਜੰਗ ਦੇ ਵਿੱਚ ਇਹ ਸਭ ਕੁਝ ਹੁੰਦਾ ਹੈ ਹੁਣ ਅੰਤਰ ਕੀ ਹੈ ਪਰਿਵਾਰ ਵਿਛੋੜਾ ਉਸ ਵਰਤਾਰੇ ਦੇ ਬਾਰੇ ਅਸੀਂ ਸਾਰੇ ਜਾਣਦੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਪਹਿਲਾ ਵਿਸ਼ਰਾਮ ਕੋਟਲਾ ਨਿਹੰਗ ਖਾਨ ਥੋੜਾ ਜਿਹਾ ਵਿਸਥਾਰ ਦੇਣਾ ਬਹੁਤ ਜ਼ਰੂਰੀ ਹੈ ਇਹ ਜਿਹੜੇ ਕੋਟਲਾ ਨਿਹੰਗ ਖਾਨ ਜਿੱਥੇ ਅੱਜ ਗੁਰਦੁਆਰਾ ਪਠਾ ਸਾਹਿਬ ਹੈ ਇਹਦੇ ਜਿਹੜੇ ਵਡੇਰੇ ਸੀ ਸੁਲੇਮਾਨ ਖਾਨ ਹੁਣੀ ਉਹ ਕਿਸੇ ਸਮੇ ਬਾਬਰ ਦੇ ਨਾਲ ਹਿੰਦੁਸਤਾਨ ਦੇ ਵਿੱਚ ਆਏ ਸੀ ਉਸ ਤੋਂ ਬਾਅਦ ਇਹ ਪਰਿਵਾਰ ਇਸ ਇਲਾਕੇ ਦੇ ਵਿੱਚ ਵਸ ਗਿਆ ਕਿਉਂਕਿ ਇਹਨਾਂ ਨੂੰ ਇਹ ਇਲਾਕਾ ਚੰਗਾ ਲੱਗਾ ਮੂਲ ਵਸਨੀਕ ਇਹ ਖੁਰਾਸਾਨ ਦੇ ਇਲਾਕੇ ਦੇ ਵਿੱਚ ਹੋਣ ਕਰਕੇ ਉੱਥੇ ਇਹਨਾਂ ਦੇ ਸਬੰਧ ਜੁੜੇ ਰਹੇ ਇਹਨਾਂ ਨੇ ਉੱਥੋਂ ਘੋੜੇ ਲਿਆ ਕੇ ਇੱਥੇ ਘੋੜਿਆਂ ਦਾ ਵਪਾਰ ਕਰਨਾ ਵੇਚਣਾ ਸ਼ੁਰੂ ਕਰ ਦਿੱਤਾ ਤੇ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਚੰਗੇ ਸ਼ਿਸ਼ਤਰ ਚੰਗੀ ਜਵਾਨੀ ਤੇ ਚੰਗੇ ਘੋੜਿਆਂ ਦੀ ਮੰਗ ਕੀਤੀ ਉਦੋਂ ਇਸ ਪਰਿਵਾਰ ਦੇ ਸਬੰਧ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਜੁੜ ਗਏ ਬਹੁਤ ਸਾਰੇ ਘੋੜੇ ਇਹਨਾਂ ਕਾਬਲ ਤੋਂ ਲਿਆ ਕੇ 6ਵੇਂ ਪਾਤਸ਼ਾਹ ਦੇ ਸਿੱਖਾਂ ਨੂੰ ਭੇਟ ਵੀ ਕੀਤੇ ਇਹਨਾਂ ਦਾ ਜਿਹੜਾ ਵਡੇਰਾ ਨੁਰੰਗ ਖਾਨ ਔਲਾਦ ਕੋਈ ਨਹੀਂ ਸੀ ਛੇਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹੈ ਪਾਤਸ਼ਾਹ ਮੇਰਾਂ ਦੇ ਰਹਿਮਤਾਂ ਦੇ ਮਾਲਕ ਕਿਤੇ ਮੇਰੀ ਝੋਲੀ ਦੇ ਵਿੱਚ ਵੀ ਪੁੱਤਰ ਦੀ ਦਾਤ ਪਵੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਪੁੱਤਰ ਹੋਇਆ ਨਿਹੰਗ ਖਾਨ ਨਾਮ ਰੱਖਿਆ ਤੇ ਉਹਦੇ ਨਾਮ ਦੇ ਉੱਪਰ ਹੀ ਕੋਟਲੇ ਦਾ ਨਾਮ ਕੋਟਲਾ ਨਿਹੰਗ ਖਾਨ ਕਰ ਦਿੱਤਾ ਹੁਣ ਉਸ ਨਿਹੰਗ ਖਾਨ ਦੀ ਪਤਨੀ ਦਾ ਨਾਮ ਹੈ ਬੀਬੀ ਜੈਨ ਆ ਮੈਂ ਪਿਛਲੇ ਜੇ ਕੁਝ ਸਮੇਂ ਤੋਂ ਇਹ ਗੱਲ ਵੇਖੀ ਜਾ ਰਿਹਾ ਔਰ ਬਿਨਾ ਕਿਸੇ ਆਧਾਰ ਪ੍ਰਮਾਣਿਤ অথੈਂਟਿਕ ਸਰੋਤ ਦੇ ਉੱਪਰ ਅਸੀਂ ਆਪੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਜੀ ਵਜ਼ੀਰ ਖਾਨ ਦੀ ਘਰ ਵਾਲੀ ਦਾ ਨਾਮ ਜੈਨਾ ਸੀ ਤੇ ਛੋਟੇ ਸਾਹਿਬ ਜੈਨਾ ਦੀ ਸ਼ਹਾਦਤ ਤੋਂ ਬਾਅਦ ਉਹ ਆਪਣੇ ਪੇਟ ਦੇ ਵਿੱਚ ਖੰਜਰ ਮਾਰ ਕੇ ਆਤਮ ਹੱਤਿਆ ਕਰ ਗਈ ਇਤਿਹਾਸ ਜਿਵੇਂ ਦਾ ਕੁਝ ਨਹੀਂ ਹੈਗਾ ਸਾਰੀ ਕਨਫਿਊਜ਼ਨ ਹੈ ਜੈਨਾ ਜਿਹੜੀ ਹੈ ਇਹ ਨਿਹੰਗ ਖਾਨ ਦੀ ਪਤਨੀ ਸੀ ਤੇ ਇਹਦਾ ਇੱਕ ਬੇਟਾ ਸੀ ਆਲਮ ਖਾਨ ਤੇ ਇੱਕ ਏਦੀ ਭੈਣ ਸੀ ਬੀਬੀ ਮਮਤਾਜ ਗੁਰੂ ਸਾਹਿਬ ਇੱਥੇ ਆਏ ਤੇ ਜਿਹੜਾ ਅਨੰਦਪੁਰ ਸਾਹਿਬ ਤੋਂ ਛੱਡਣ ਦਾ ਘਟਨਾ ਕਰਮ ਹੈ ਉਹ ਜਿਸ ਤਰ੍ਹਾਂ ਸਾਨੂੰ ਪੇਸ਼ ਕੀਤਾ ਜਾਂਦਾ ਤਸਵੀਰਾਂ 'ਚ ਉੰਜਦਾ ਨਹੀਂ ਹੈ ਬਹੁਤ ਹੀ ਜਥੇਬੰਦਕ ਜੁੱਧਨੀਤਿਕ ਤੇ ਵਿਉਂਤਬੱਧ ਹੈ ਗੁਰੂ ਸਾਹਿਬ ਨੂੰ ਪਤਾ ਸੀ ਕਿ ਜਦੋਂ ਸਾਰੀ ਸੰਗਤ ਚੱਲੇਗੀ ਤੇ ਪਹਿਲਾ ਹਮਲਾ ਖੱਬੇ ਪਾਸੇ ਤੋਂ ਕਿਉਂਕਿ ਉਹ ਪਹਾੜੀ ਰਾਜਿਆਂ ਦਾ ਇਲਾਕਾ ਹੈ ਉਹ ਹਮਲਾ ਕਰਨਗੇ ਉੱਥੇ 50 ਸਿੰਘਾਂ ਦੇ ਨਾਲ ਭਾਈ ਮਨੀ ਸਿੰਘ ਦੇ ਸੁਪੁੱਤਰ ਭਾਈ ਉਦੇ ਸਿੰਘ ਨੂੰ ਤਾਇਨਾਤ ਕੀਤਾ ਜਾਂਦਾ ਹੈ ਜਿਹੜੇ ਸ਼ਬਦ ਨੇ ਨਾ ਆਪਸ ਦੇ ਵਿੱਚ ਜਦੋਂ ਗੁਰੂ ਸਾਹਿਬ ਵੇਖੋ ਜਦੋਂ ਪਤਾ ਹੋਵੇ ਕਿ ਹਜ਼ਾਰਾਂ ਦੀ ਫੌਜ ਹਮਲਾ ਕਰੇਗੀ ਅੱਗੇ 50 ਸਿੰਘ ਖੜੇ ਕੀਤੇ ਜਾ ਰਹੇ ਨੇ ਕੇਵਲ 50 ਤੇ ਉਹਨਾਂ ਪੰਜਾਬਾਂ ਨੂੰ ਪਤਾ ਹੈ ਕਿ ਹੋਣੀਆ ਸ਼ਹਾਦਤਾਂ ਨੇ ਤੇ ਜਦੋਂ عقیده ਦੇ ਵਿੱਚ ਇਹ ਗੱਲ ਪ੍ਰਪੱਕ ਹੈ ਕਿ ਸ਼ਹੀਦੀਆਂ ਦੇਣੀਆਂ ਨੇ ਤੇ ਜਦੋਂ ਗੁਰੂ ਸਾਹਿਬ ਦੇ ਨਾਲ ਆਖਰੀ ਵਾਰਤਾ ਲਾਪ ਹੁੰਦੀ ਉਹ ਤੇ ਕਿੰਨਾ ਪਿਆਰ ਹੋਵੇਗਾ ਪਾਤਸ਼ਾਹ ਉਸ ਨੂੰ ਤੈਨਾਤ ਕਰਦੇ ਨੇ ਸ਼ਸਤਰ ਦਿੰਦੇ ਨੇ ਆਪਣੀ ਪੋਸ਼ਾਕ ਦਿੰਦੇ ਨੇ ਕਹਿੰਦੇ ਉਦੇਸ ਸਿੰਘ ਕੋਈ ਸਵਾਲ ਤੇ ਉਦੇਸ ਸਿੰਘ ਦਾ ਜਵਾਬ ਬੜਾ ਪਿਆਰਾ ਹੈ ਕਹਿੰਦਾ ਬਾਬਾ ਤੇਰੇ ਹੱਥਾਂ ਦੀਆਂ ਕੱਠ ਪੁਤਲੀਆਂ ਹਾਂ ਚਾਹੇ ਤੇਗ ਦੀ ਧਾਰ ਤੇ ਨਚਾਲਿਆ ਤੇ ਚਾਹੇ ਰਬਾਬ ਦੀ ਤਾਰ ਤੇ ਨਚਾਲਿਆ ਸਾਡਾ ਤੇ ਕੁਝ ਵੀ ਨਹੀਂ ਤੂੰ ਜਿੱਥੇ ਕਹੇਂਗਾਹੀਂ ਉੱਥੇ ਨੱਚ ਪੈਣਾ ਉਹ ਚਾਹੇ ਰਬਾਬ ਦੀ ਤਾਰ ਹੋਵੇ ਜਾਂ ਤੇਗ ਦੀ ਧਾਰ ਹੋਵੇ ਪਾਤਸ਼ਾਹ ਨੇ ਅਸ਼ੀਰਵਾਦ ਦਿੱਤਾ ਅੱਗੇ ਚੱਲ ਗਏ ਅਗਲੇ ਪਾਸੇ ਜਿੱਥੇ ਹਮਲਾ ਹੋਣਾ ਸੀ ਉਹ ਭੀਮਚੰਦ ਦੀ ਫੌਜ ਦਾ ਹੋਣਾ ਸੀ ਚੱਕੀਆਂ ਪਿੰਡ ਦੀ ਜੂਹ ਦੇ ਵਿੱਚ ਉੱਥੇ ਬੀਬੀ ਪਿੱਖਾ ਜਿਹੜੀ ਭਾਈ ਆਲਮ ਸਿੰਘ ਦੀ ਪਤਨੀ ਭਾਈ ਬੱਜਰ ਸਿੰਘ ਦੀ ਬੇਟੀ ਜਿਹੜਾ ਗੁਰੂ ਸਾਹਿਬ ਦਾ ਗਤਕੇ ਦਾ ਉਸਤਾਦ ਸੀ ਰਠੌਰ ਰਾਜਪੂਤ ਉਸ ਨੂੰ ਤੇ ਬਾਬਾ ਜੀਵਨ ਸਿੰਘ ਜਿਹੜੇ ਬਾਬਾ ਜੈਤਾ ਜੀ ਸੀ ਗੁਰੂ ਸਾਹਿਬ ਦਾ ਸੀਸ ਦਿੱਲੀ ਤੋਂ ਲੈ ਕੇ ਆਏ ਸੀ ਉਹਨਾਂ ਨੂੰ ਤਨਾਤ ਕੀਤਾ ਚੱਖੀਆਂ ਪਿੰਡ ਦੀ ਜੂਹ ਦੇ ਵਿੱਚ ਕਿਉਂਕਿ ਉੱਥੋਂ ਸਰਸਾ ਨੂੰ ਪਾਰ ਕਰਨਾ ਹੈ ਤੇ ਜੰਗ ਇੱਥੇ ਵੀ ਹੋਵੇਗੀ ਤੇ ਜਿਹੜੇ ਵਹੀਰ ਨੇ ਸਰਸਾ ਨੂੰ ਪਾਰ ਕਰਨਾ ਹੈ ਉਹਦੀ ਆਨੰਦਪੁਰ ਸਾਹਿਬ ਦੇ ਵਾਸਤੇ ਰੱਖਿਆ ਤੋਂ ਵਾਸਤੇ ਚੱਕੀਆਂ ਪਿੰਡ ਦੀ ਜੂ ਦੇ ਵਿੱਚ ਫਿਰ ਜਦੋਂ ਪਾਰ ਕਰਨਾ ਹੈ ਵਹੀਰ ਨੇ ਅਗਲੇ ਪਾਸਿਓਂ ਫੌਜ ਹਮਲਾ ਕਰੇਗੀ ਪਰ ਅਗਲੇ ਪਾਸਿਓਂ ਜਿਹੜੀ ਫੌਜ ਹਮਲਾ ਕਰੇਗੀ ਪਹਾੜੀ ਫੌਜ ਜਿਹੜੀ ਹੈ ਉਹ ਨਹੀਂ ਕਰੇਗੀ ਕਿਉਂਕਿ ਉਹ ਤੇ ਪਿੱਛੇ ਰਹੇਗੀ ਸਰਸਾ ਤੋਂ ਅਗਲੇ ਪਾਸਿਓਂ ਕਰੇਗੀ ਜਿਹੜੀ ਸਰਹੰਦ ਦੀ ਰੋਪੜ ਦੀ ਮਰਿੰਡੇ ਦੀ ਦਿੱਲੀ ਦੀ ਇਹਨਾਂ 28 ਪ੍ਰਗੜੀਆਂ ਦੀ ਫੌਜ ਆ ਰਹੀ ਹੈ ਜਿਹੜੇ ਸਰਹੰਦ ਦੇ ਅਧੀਨ ਸੀ ਤੇ ਉਹ ਹਮਲਾ ਕਰੇਗੀ ਰੋਪੜ ਵਾਲੇ ਪਾਸਿਓਂ ਤੇ ਉਧਰਲੇ ਪਾਸੇ ਮਲਕਪੁਰ ਰੰਗਣਾ ਦੇ ਸਥਾਨ ਦੇ ਉੱਪਰ ਭਾਈ ਮਨੀ ਸਿੰਘ ਦੇ ਸੁਪੁੱਤਰ ਭਾਈ ਬਚਿੱਤਰ ਸਿੰਘ ਨੂੰ ਤਨਾਤ ਕੀਤਾ ਹੁਣ ਤੁਸੀਂ ਇਸ ਮੋਰਚਾ ਬੰਦੀ ਨੂੰ ਵੇਖੋ ਕਹਿਣ ਨੂੰ ਇਹੀ ਕਹਿ ਦਿੱਤਾ ਜਾਂਦਾ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਿਆ ਸਰਸਾ ਦੇ ਕੰਡੇ ਤੇ ਜੁੱਧ ਹੋਇਆ ਪਰਿਵਾਰ ਵਿਛੋੜਾ ਹੋ ਗਿਆ ਪਰ ਇਹ ਜਿਹੜਾ ਕੱਲਾ ਕੱਲਾ ਸਿੰਘ ਆਪਣੇ ਮੋਰਚੇ ਦੇ ਵਿੱਚ ਜ਼ਿੰਮੇਵਾਰੀ ਸਮੇਂ ਦਾ ਸ਼ਹੀਦ ਹੋਇਆ ਉਸ ਵਰਤਾਰੇ ਨੂੰ ਸਮਝੀਏ ਕਿਤੇ ਮੈਂ ਕਿੰਸੀ ਨਾ ਮਹਿਸੂਸ ਕਰਨ ਦਾ ਯਤਨ ਕਰਿਓ ਜਦੋਂ ਇਹ ਪਤਾ ਹੋਵੇ ਕਿ ਅਸੀਂ 50 ਹਾਂ ਤੇ ਲੱਖਾਂ ਦੇ ਨਾਲ ਲੜਨਾ ਤੇ ਹੋਣੀ ਹੈ ਸ਼ਹਾਦਤਾਂ ਨੇ ਉਸ ਨੂੰ ਮਹਿਸੂਸ ਕਰੀਏ ਫਿਰ ਮੇਰੀ ਉਹ ਭੈਣੋ ਤੁਹਾਡੇ ਵਾਸਤੇ ਇੱਕ ਵੱਖਰੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਕੁਝ ਸਿੰਘਾਂ ਦੇ ਨਾਲ ਕੋਟਲਾ ਨਿਹੰਗ ਖਾਨ ਦੇ ਘਰ ਪਹੁੰਚ ਜਾਂਦੇ ਨੇ ਮਾਤਾ ਜੀ ਗੁਜਰੀ ਜੀ ਛੋਟੇ ਸਾਹਿਬ ਜਾਦੇ ਇੱਕ ਉਹਨਾਂ ਦੀ ਨੌਕਰਾਨੀ ਸੁਪਿੱਖੀ ਇੱਕ ਨੌਕਰ ਉਸ ਦਾ ਨਾਮ ਇਤਿਹਾਸ ਦੇ ਵਿੱਚ ਦੁੰਨਾ ਸਿੰਘ ਹੈ ਇਹ ਸਾਰੇ ਚਮਕੌਰ ਵਾਲੇ ਪਾਸੇ ਨੂੰ ਚਲੇ ਜਾਂਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਕੋਟਲਾ ਨਿਹੰਗ ਖਾਨ ਜਾ ਕੇ ਵਿਸ਼ਰਾਮ ਕਰਨ ਲੱਗਦੇ ਨੇ ਤੇ ਇਹ ਰੋਪੜ ਦੀ ਫੌਜ ਦੀ ਪ੍ਰਗਣਾ ਉਹਦੇ ਅਧੀਨ ਆਉਂਦਾ ਤੇ ਉਸ ਚੌਂਕੀ ਦਾ ਇੰਚਾਰਜ ਹੈ ਜ਼ਾਫਰ ਬੇਗ ਅਜੇ ਗੁਰੂ ਸਾਹਿਬ ਵਿਸ਼ਰਾਮ ਕਰਨ ਦੇ ਵਾਸਤੇ ਬੈਠਦੇ ਨੇ ਤੇ ਇਸੇ ਹੀ ਪਿੰਡ ਦਾ ਭਾਈ ਬੱਗਾ ਸਿੰਘ ਆ ਕੇ ਸੁਨੇਹਾ ਦਿੰਦਾ ਹੈ ਕਿ ਮਲਕਪੁਰ ਰਗਣਾ ਕੇ ਮਕਾਨ 'ਤੇ ਜਿੰਨੇ ਵੀ ਸਿੰਘ ਸੀ ਉੱਥੇ ਉਹ ਸਾਰੇ ਸ਼ਹੀਦ ਹੋ ਚੁੱਕੇ ਨੇ ਜਿਨ੍ਹਾਂ ਨੇ ਰੋਪੜ ਤੋਂ ਆ ਰਹੀ ਫੌਜ ਦਾ ਮੁਕਾਬਲਾ ਕਰਨਾ ਸੀ ਭਾਈ ਬਚਿੱਤਰ ਸਿੰਘ ਦੀ ਅਗਵਾਈ ਦੇ ਵਿੱਚ ਪਰ ਇੱਕ ਸਿੰਘ ਜਿਹੜਾ ਉੱਥੇ ਸਹਿਕ ਰਿਹਾ ਹੁਣ ਤੁਸੀਂ ਵੇਖੋ ਜਿੱਥੇ 100 ਸਿੰਘ ਸ਼ਹਾਦਤਾਂ ਪ੍ਰਾਪਤ ਕਰ ਗਏ ਹੋਣ ਸੁਭਾਵਿਕ ਹੈ ਕਿ ਉੱਥੇ ਮੁਗਲ ਫੌਜ ਦਾ ਕਬਜ਼ਾ ਹੋ ਚੁੱਕਾ ਸਿੰਘ ਸਾਰੇ ਸ਼ਹੀਦ ਹੋ ਚੁੱਕੇ ਇੱਕ ਸਿੰਘ ਜ਼ਖਮੀ ਪਿਆ ਹੈ ਜਥੇਦਾਰ ਭਾਈ ਬਚਿੱਤਰ ਸਿੰਘ ਭਾਈ ਮਨੀ ਸਿੰਘ ਦਾ ਪੁੱਤਰ ਪਰ ਗੁਰੂ ਸਾਹਿਬ ਕਿਵੇਂ ਦਾ ਹੌਸਲਾ ਮੈਂ ਫਿਰ ਆਰੰਭ ਚ ਗਿੜੀ ਗੱਲ ਕਹੀ ਸੀ ਉਹਨੂੰ ਫਿਰ ਸਮਝੋ ਮਹਿਸੂਸ ਕਰੋ ਕਿ ਇਹ ਗੱਲ ਸਾਡੇ ਨਾਲ ਵਾਪਰੇ ਗੁਰੂ ਸਾਹਿਬ ਕਹਿੰਦੇ ਨੇ ਕਿ ਬਚਿੱਤਰ ਸਿੰਘ ਨੂੰ ਉਸ ਜ਼ਖਮੀ ਹਾਲਾਤ ਦੇ ਵਿੱਚ ਚੁੱਕ ਕੇ ਲੈ ਕੇ ਆਉਣਾ ਤੇ ਚੁੱਕਣ ਦੇ ਵਾਸਤੇ ਕੌਣ ਜਾਵੇਗਾ ਸਹਬਜ਼ਾਦਾਜੀਤ ਸਿੰਘ ਕਿਸੇ ਹੋਰ ਸਿੱਖ ਨੂੰ ਨਹੀਂ ਆਪਣੇ ਪੁੱਤਰ ਨੂੰ ਭੇਜਿਆ ਜਾਂਦਾ ਹੈ ਸਾਹਿਬ ਜਦਾ ਅਜੀਤ ਸਿੰਘ ਭਾਈ ਬੁੱਢਾ ਸਿੰਘ ਨੂੰ ਨਾਲ ਲੈ ਕੇ ਜਾਂਦਾ ਹੈ ਤੇ ਭਾਈ ਬਚਿੱਤਰ ਸਿੰਘ ਜ਼ਖਮੀ ਹੋਏ ਨੂੰ ਲਿਆ ਕੇ ਉਸ ਘਰ ਦੇ ਵਿੱਚ ਲਟਾ ਦਿੰਦਾ ਹੈ ਅੱਧੀ ਰਾਤ ਤੋਂ ਬਾਅਦ ਗੁਰੂ ਸਾਹਿਬ ਆਪਣੇ ਸਾਥੀ ਸਿੰਘਾਂ ਦੇ ਨਾਲ ਬੜੂ ਬਾਜ਼ਰਾ ਬੂਰ ਮਾਜ਼ਰਾ ਇਨ੍ਹਾਂ ਪਿੰਡਾਂ ਤੋਂ ਹੁੰਦੇ ਹੋਏ ਚਮਕੌਰ ਪਹੁੰਚਦੇ ਨੇ ਤੇ ਅੱਧੀ ਰਾਤ ਦੇ ਕਰੀਬ ਬਚਿੱਤਰ ਸਿੰਘ ਦੀ ਹਾਲਤ ਬਹੁਤ ਖਰਾਬ ਹੁੰਦੀ ਜਾ ਰਹੀ ਜਖਮ ਇੰਨੇ ਨੇ ਕਿ ਖੂਨ ਵਹਿਂਦਾ ਜਾ ਰਿਹਾ ਹੈ ਖੂਨ ਦੇ ਨਾਲ ਚਾਦਰਾਂ ਜਿਹੜੀਆਂ ਨੇ ਲੱਤ-ਪੱਤ ਹੁੰਦੀਆਂ ਜਾ ਰਹੀਆਂ ਨੇ ਔਰ ਇਸੇ ਪਰਿਵਾਰ ਦੀ ਬੱਚੀ ਕੋਟਲਾ નિਹੰਗ ਖਾਨ ਦੇ ਮਾਲਕ નિਹੰਗ ਖਾਨ ਦੀ ਬੇਟੀ ਮਮਤਾਜ ਜਿਹੜੀ ਹੈ ਉਹ ਬਚਿੱਤਰ ਸਿੰਘ ਦੀ ਖਿਦਮਤ ਦੇ ਵਿੱਚ ਸੇਵਾ ਦੇ ਵਿੱਚ ਹੈ ਸਵੇਰ ਦਾ ਦਿਨ ਚੜਿਆ ਤੇ ਜ਼ਾਫਰ ਬੇਗ ਨੂੰ ਸ਼ਿਕਾਇਤ ਪਹੁੰਚ ਗਈ ਕਿ ਹਕੂਮਤ ਦੇ ਬਾਗੀ ਜਿਹੇ ਰਹੇ ਗੁਰਗੋਬਿੰਦ ਸਿੰਘ ਤੇ ਉਹਦੇ ਸਿੱਖ ਜਿਹੜੇ ਨੇ ਉਹ ਨਿਹੰਗ ਖਾਨ ਦੇ ਘਰ ਨੇ ਪਿੰਡ ਨੂੰ ਘੇਰਾ ਪੈ ਗਿਆ। ਤਲਾਸ਼ੀ ਹੋਣ ਲੱਗੀ। ਜਦੋਂ ਇਸ ਹਵੇਲੀ ਦੀ ਤਲਾਸ਼ੀ ਹੋਣ ਲੱਗੀ ਤਾਂ ਇੱਕ ਕਬਰੇ ਦੇ ਵਿੱਚ ਬਚਿੱਤਰ ਸਿੰਘ ਬਿਲਕੁਲ ਮੌਤ ਦੇ ਬਿਸਤਰ ਤੇ ਪਿਆ ਹੈ। ਕੋਈ ਕੋਈ ਸਾਹ ਚੱਲ ਰਿਹਾ ਹੈ। ਉਹਦੇ ਕੋਲ ਮਮਤਾਜ ਬੈਠੀ ਹੈ। ਆਲਮ ਖਾਨ ਦੀ ਭੈਣ ਤੇ ਨਿਹੰਗ ਖਾਨ ਦੀ ਬੇਟੀ। ਬਾਹਰੋਂ ਉਹਨਾਂ ਨੇ ਦਰਵਾਜ਼ਾ ਬੰਦ ਕਰ ਦਿੱਤਾ। ਜਦੋਂ ਚੌਂਕੀ ਦਾ ਇੰਚਾਰਜ ਜ਼ਾਫਰ ਬੇਗ ਅੰਦਰ ਆਇਆ ਤੇ ਕਹਿੰਦਾ ਸਾਨੂੰ ਪਤਾ ਲੱਗਾ ਤੁਹਾਡੇ ਘਰ ਦੇ ਚ ਹਕੂਮਤ ਦੇ ਬਗੀ ਨੇ ਕਹਿੰਦੇ ਘਰ ਦੀ ਤਲਾਸ਼ੀ ਲੈ ਲਓ। ਔਰ ਤੁਸੀਂ ਵੇਖੋ 40 ਸਿੰਘ ਕੱਚਾ ਵੇੜਾ 40 ਸਿੰਘਾਂ ਦੇ ਘੋੜੇ ਰਾਤ ਰੇ ਉਸ ਜਿਹੜਾ ਸੀਗਾ ਆਲਮ ਖਾਨ ਦੀ ਪਤਨੀ ਆਲਮ ਖਾਨ ਦੀ ਮਾਂ ਬੀਬੀ ਜੈਨਾ ਨੇ ਸਾਰੀ ਰਾਤ ਵਿਹੜੇ ਦੇ ਵਿੱਚੋਂ ਪਹਿਲਾਂ ਘੋੜਿਆਂ ਦੇ ਪੈਰਾਂ ਦੇ ਨਿਸ਼ਾਨ ਸਾਫ਼ ਕੀਤੇ ਕਿ ਕੋਈ ਨਿਸ਼ਾਨ ਨਾ ਰਹਿ ਜਾਵੇ ਔਰ ਮੈਂ ਇਹ ਵੀ ਦੱਸ ਦਵਾਂ ਕਿ ਜਿਹੜੀ ਆਲਮ ਖਾਨ ਦੀ ਘਰ ਦੀ ਹੈ ਪਤਾ ਕੌਣ ਸੀ ਰਾਏ ਕੱਲੇ ਦੀ ਬੇਟੀ ਹੋਰ ਅੱਗੇ ਵੀ ਚੱਲਦੇ ਹਾਂ ਬਹੁਤ ਕੁਝ ਇਤਿਹਾਸ ਦੇ ਵਿੱਚ ਕੁੰਡੀਆਂ ਨੇ ਕਹਿ ਰਹੇ ਬੰਦ ਦਰਵਾਜ਼ਾ ਵੇਖ ਕੇ ਜ਼ਾਫਰ ਬੇਗ ਨੂੰ ਸ਼ੱਕ ਪੈ ਗਿਆ ਤੇ ਉਸੇ ਵੇਲੇ ਆਪਣੇ ਨਾਇਬ ਥਾਣੇਦਾਰ ਅਮੀਨ ਬੇਗ ਨੂੰ ਕਹਿੰਦਾ ਕਹਿੰਦਾ ਉਹ ਦਰਵਾਜ਼ਾ ਬੰਦ ਕਿਉਂ ਹੈ ਜਿੱਥੇ ਬਚਿੱਤਰ ਸਿੰਘ ਤੇ ਮਮਤਾਜ ਦੇ ਤੇ ਉਸੇ ਵੇਲੇ ਨਿਹੰਗ ਖਾਨ ਬੜੇ ਕੌਨਫੀਡੈਂਸ ਦੇ ਨਾਲ ਦ੍ਰਿੜਤਾ ਦੇ ਨਾਲ ਦਾਅਵੇ ਦੇ ਨਾਲ ਕਹਿੰਦਾ ਕਹਿੰਦਾ ਕਿ ਇੱਥੇ ਮੇਰੀ ਬੇਟੀ ਤੇ ਮੇਰਾ ਦਮਾਦ ਰਾਤੀ ਲੇਟ ਆਏ ਸੀ ਆਰਾਮ ਕਰ ਰਹੇ ਨੇ ਜੇ ਤੁਹਾਨੂੰ ਕੋਈ ਸ਼ੱਕ ਹੈ ਤੇ ਦਰਵਾਜ਼ਾ ਖੋਲ ਕੇ ਵਿਖਾ ਦੇਵਾ ਇੰਨੀ ਜ਼ਿਆਦਾ ਦ੍ਰਿੜਤਾ ਦੇ ਨਾਲ ਕੌਨਫੀਡੈਂਸ ਦੇ ਨਾਲ ਦਾਅਵੇਦਾਰਲੇ ਗੱਲ ਕੀਤੀ ਕਿਉਂਕਿ ਇਸਲਾਮ ਦੇ ਵਿੱਚ ਜਿਹੜਾ ਔਰਤਾਂ ਦਾ ਕਮਰਾ ਹੁੰਦਾ ਗੈਰ ਮਰਦ ਨਹੀਂ ਜਾਂਦੇ ਉਹਨੇ ਕਿਹਾ ਜੀ ਕੋਈ ਗੱਲ ਨਹੀਂ ਤੁਹਾਡੀ ਬੇਟੀ ਸਾਡੀ ਬੇਟੀ ਤੁਹਾਡਾ ਦਮਾਦ ਸਾਡਾ ਦਮਾਦ ਕੋਈ ਗੱਲ ਨਹੀਂ ਤੁਸੀਂ ਦਰਵਾਜ਼ਾ ਨਾ ਖੋਲੋ ਤੁਹਾਡੀ ਗੱਲ ਤੇ ਵਿਸ਼ਵਾਸ ਹੈ ਕਹਿੰਦਾ ਨਹੀਂ ਜੇਕਰ ਸ਼ੱਕ ਹੈ ਤੇ ਮੈਂ ਦਰਵਾਜ਼ਾ ਖੋਲ੍ਹ ਦਿੰਦਾ ਕਹਿੰਦੇ ਨਹੀਂ ਰਹਿਣ ਦਿਓ ਜ਼ਾਫਰ ਬੇਗ ਚਲਾ ਗਿਆ ਜ਼ਾਫਰ ਬੇਗ ਦੇ ਜਾਣ ਤੋਂ 4.5-5 ਘੰਟੇ ਦੇ ਬਾਅਦ ਭਾਈ ਬਚਿੱਤਰ ਸਿੰਘ ਸ਼ਹਾਦਤ ਪ੍ਰਾਪਤ ਕਰ ਗਏ। ਹੁਣ ਸਮੱਸਿਆ ਇਹ ਹੈ ਪਠਾਣਾ ਦਾ ਘਰ ਹੈ ਸਿੱਖ ਸ਼ਹੀਦੀ ਪ੍ਰਾਪਤ ਕਰ ਗਿਆ। ਅੰਤਮ ਰਸਮਾਂ ਕਿਵੇਂ ਕੀਤੀਆਂ ਜਾਣ? ਅੰਤਮ ਰਸਮਾਂ ਕਰਨ ਦੇ ਵਾਸਤੇ ਭਾਈ ਬੱਗਾ ਸਿੰਘ ਤੇ ਭਾਈ ਗੁਰਸਾ ਸਿੰਘ ਦੋ ਸਿੱਖਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਦੱਸਿਆ ਕਿ ਜਦੋਂ ਹਨੇਰਾ ਹੋ ਜਾਵੇ ਤੇ ਅੱਧੀ ਰਾਤ ਤੋਂ ਬਾਅਦ ਇਹਦਾ ਸੰਸਕਾਰ ਕਰਨਾ ਹੈ ਰਾਤ ਨੂੰ ਭਾਈ ਬਚਿੱਤਰ ਸਿੰਘ ਦਾ ਇਸੇ ਘਰ ਦੇ ਵਿਹੜੇ ਦੇ ਵਿੱਚ ਸੰਸਕਾਰ ਕੀਤਾ ਗਿਆ ਸੰਸਕਾਰ ਕਰਨ ਤੋਂ ਬਾਅਦ ਸਾਰੀਆਂ ਅਸਤੀਆਂ ਤੇ ਪਪੂਤੀ ਜਿਹੜੀ ਸੀ ਖੂਹ ਦੇ ਵਿੱਚ ਪਾ ਕੇ ਸਾਰਾ ਫਿਰ ਉਸ ਤਰ੍ਹਾਂ ਸਾਫ਼ ਕਰ ਦਿੱਤਾ ਗਿਆ ਜਿਵੇਂ ਇਸ ਘਰ ਦੇ ਵਿੱਚ ਕੁਝ ਹੋਇਆ ਹੀ ਨਾ ਹੋਵੇ ਇਸ ਗੱਲ ਨੂੰ ਥੋੜਾ ਸੰਪੂਰਨ ਕਰ ਲਈਏ ਵਕਤ ਬੀਤ ਗਿਆ ਇਹ ਜਿਹੜੀ ਬੀਬੀ ਮਮਤਾਜ ਹੈ ਨਾ ਨਬੀ ਖਾਨ ਤੇ ਗਨੀ ਖਾਨ ਦੇ ਬਾਰੇ ਤੁਸੀਂ ਜਾਣਦੇ ਹੋ ਜਿਨ੍ਹਾਂ ਗੁਰੂ ਸਾਹਿਬ ਨੂੰ ਉੱਚ ਸ਼ਰੀਫ ਦਾ ਪੀਰ ਬਣਾ ਕੇ ਕੱਢਿਆ ਸੀ ਉਹ ਬੀਬੀ ਮਮਤਾਜ ਤੇ ਭੂਆ ਦੇ ਪੁੱਤਰ ਸੀ ਤੇ ਉਹਨਾਂ ਦੀ ਮਾਂ ਦਾ ਨਾਮ ਸੀ ਬੀਬੀ ਉਮਰੀ ਜਿਹੜੀ ਨਿਹੰਗ ਖਾਨ ਦੀ ਭੈਣ ਸੀ ਤੇ ਬੀਬੀ ਉਮਰੀ ਨੇ ਆਪਣੀ ਭਤੀਜੀ ਦਾ ਰਿਸ਼ਤਾ ਆਪਣੇ ਪਿੰਡ ਬੱਸੀ ਕਰਾਇਆ ਹੋਇਆ ਸੀ ਹੁਣ ਉਹ ਜਿਹੜੇ ਬੱਸੀ ਵਾਲੇ ਦੇ ਉਹ ਕਹਿੰਦੇ ਨੇ ਬੀਬੀ ਉਮਰੀ ਨੂੰ ਕਿ ਹੁਣ ਨਿਕਾਹ ਦਾ ਵਕਤ ਆ ਗਿਆ ਨਿਕਾਹ ਕਰ ਲਈਏ ਤੇ ਜਦੋਂ ਭੂਆ ਆਪਣੇ ਪੇਕੇ ਘਰ ਆਉਂਦੀ ਹੈ ਤੇ ਆਪਣੇ ਭਰਾ ਨੂੰ ਕਹਿੰਦੀ ਹੈ ਕਹਿੰਦੀ ਨਿਹੰਗ ਖਾਨ ਮਮਤਾਜ ਦੇ ਜਿਹੜੇ ਸਹੁਰੇ ਪਰਿਵਾਰ ਨੇ ਉਹ ਹੁਣ ਨਿਕਾਹ ਦਾ ਵਕਤ ਮੰਗਦੇ ਨੇ ਆਪਾਂ ਨਿਕਾਹ ਕਦੋਂ ਕਰਨਾ ਹੈ ਤੇ ਮਮਤਾਜ ਦਾ ਜਵਾਬ ਕਿਹੜੇ ਸਿੱਦਕ ਦੇ ਵਿੱਚ ਹੋਵੇਗਾ ਕਹਿੰਦੀ ਅੱppa ਜਾਨ ਸ਼ਹੀਦ ਕੀ بیਵਾ ਕੀ ਦੂਸਰੀ ਸ਼ਾਦੀ ਨਹੀਂ ਹੋ ਸਕਦੀ ਸਾਰਿਆਂ ਦੇ ਪੈਰਾਹੇਟ ਹੋ ਜ਼ਮੀਨ ਨਿਕਲ ਗਈ ਦੂਜੀ ਸ਼ਾਦੀ ਤੇਰਾ ਪਹਿਲਾ ਵਿਆਹ ਕਦੋਂ ਹੋਇਆ ਅੱਬਾ ਜਾਨ ਯਾਦ ਨਹੀਂ ਤੁਹਾਨੂੰ ਜਿਸ ਦਿਨ ਬਚਿੱਤਰ ਸਿੰਘ ਮੌਤ ਦੇ ਬਿਸਤਰ ਤੇ ਪਿਆ ਸੀ ਤੇ ਘਰ ਦੇ ਵਿੱਚ ਫੌਜ ਦਾ ਘੇਰਾ ਪਿਆ ਸੀ ਤੁਹਾਨੂੰ ਸੂਬੇਦਾਰ ਨੇ ਸਵਾਲ ਕੀਤਾ ਸੀ ਕਬਰੇ ਦੇ ਵਿੱਚ ਕੌਣ ਹੈ ਤੇ ਤੁਸੀਂ ਕਿਹਾ ਸੀ ਮੇਰੀ ਬੇਟੀ ਤੇ ਦਮਾਦ ਤੇ ਮੈਂ ਤੇ ਉਦੋਂ ਹੀ ਬਚਿੱਤਰ ਸਿੰਘ ਦੇ ਪੈਰਾਂ ਤੇ ਸਿਰ ਰੱਖ ਦਿੱਤਾ ਸੀ ਉਹ ਸ਼ਹੀਦ ਹੋ ਗਿਆ ਪਰ ਹੁਣ ਇਸ ਸ਼ਹੀਦ ਦੀ ਬੇਵਾਦ ਦੁੱਚਾ ਵਿਆਹ ਨਹੀਂ ਕਰ ਸਕਦੀ ਇਹ ਤਾਂ ਉਸ ਸ਼ਹੀਦ ਦੀ ਸ਼ਹਾਦਤ ਤੇ ਕਲੰਕ ਹੋਵੇਗਾ 131 ਸਾਲ ਦੀ ਉਮਰ ਭੋਗੀ ਹੈ ਮੇਰੇ ਕੋ ਸਾਰੇ ਉਸ ਪਰਿਵਾਰ ਦੇ ਡਾਟੇ ਪਏ ਨੇ ਪਾਕਿਸਤਾਨ ਦੇ ਵਿੱਚ ਰਹਿੰਦਾ ਹੈ ਪਰਿਵਾਰ ਤੇ ਉਹ ਦੱਸਦੇ ਨੇ ਕਹਿੰਦੇ ਕਿ ਸਾਡੀ ਭੂਆ 131 ਸਾਲ ਜੀਉਂਦੀ ਰਹੀ ਉਸ ਨੂੰ ਫੂਫੀ ਮੁਹਤਾਜ ਕਿਹਾ ਜਾਂਦਾ ਸੀ ਹਰ ਵੇਲੇ ਹੱਥ ਦੇ ਵਿੱਚ ਮਾਲਾ ਹੁੰਦੀ ਸੀ ਇੱਕੋ ਹੀ ਸ਼ਬਦ ਉਹਦੀ ਜ਼ੁਬਾਨ ਤੇ ਹੁੰਦਾ ਸੀਗਾ ਸਰਬ ਕਲਾ ਸਮਰੱਥ ਗੁਰੂ ਗੋਬਿੰਦ ਸਿੰਘ ਬਾਣੇ ਕਾਖਾ ਵੰਦ ਗੁਰੂ ਗੋਬਿੰਦ ਸਿੰਘ ਸਾਰਾ ਦਿਨ ਨਾਮ ਜਪਤੀ ਸੀ ਇੱਥੇ ਹੀ ਉਸਦੀ ਮੌਤ ਹੋਈ ਔਰ ਮੁਮਤਾਜ਼ਗੜ ਉਹਦੇ ਨਾਮ ਦੇ ਉੱਪਰ ਗੁਰਦੁਆਰਾ ਸਥਾਨ ਬਣਿਆ ਹੋਇਆ ਥੱਲੇ ਉਹਦੀ ਕਬਰ ਹੈ 131 ਸਾਲ ਉਸ ਬੀਬੀ ਨੇ ਸਿਦਕ ਦੇ ਵਿੱਚ ਸਬਰ ਦੇ ਵਿੱਚ ਗੁਰੂ ਦੇ ਵਿਸ਼ਵਾਸ ਦੇ ਵਿੱਚ ਜੀਵਨ ਬਤੀਤ ਕੀਤਾ ਕਹਿਰ ਗੁਰੂ ਸਾਹਿਬ ਚਮਕੌਰ ਸਾਹਿਬ ਪਹੁੰਚੇ ਤੇ ਚਮਕੌਰ ਦੀ ਗੜੀ ਦਾ ਜਿਹੜਾ ਜੁੱਧ ਉਹ ਕੇਵਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਰ ਇਤਿਹਾਸ ਦੇ ਵਿੱਚ ਉਹ ਇੱਕ ਜੁਗਾਂ ਦੇ ਬਰਾਬਰ ਹੈ ਸਮਾਂ ਬਹੁਤ ਥੋੜਾ ਹੈ ਇਹ ਸਵੇਰੇ ਦਿਨ ਦੇ ਚੜਾ ਦੇ ਨਾਲ ਜੁੱਧ ਸ਼ੁਰੂ ਹੋਇਆ ਹੈ ਸੂਰਜ ਅਸਥ ਹੋਣ ਦੇ ਨਾਲ ਸਿੰਘ ਸ਼ਹਾਦਤਾਂ ਪ੍ਰਾਪਤ ਕਰ ਚੁੱਕੇ ਨੇ ਪਰ ਇਤਿਹਾਸ ਦੇ ਵਿੱਚ ਇਸ ਜੁੱਧ ਦਾ ਮਕਾਮ ਜਿਹੜਾ ਹੈ ਉਹ ਬਹੁਤ ਵੱਡਾ ਹੈ ਸੋ ਸਾਰਾ ਵਿਸਥਾਰ ਦੇ ਵਿੱਚ ਨਹੀਂ ਜਾਇਆ ਜਾਣਾ ਵੈਸੇ ਤਾਂ ਧੁੰਦ ਦੇ ਦਿਨ ਨੇ ਮੈਂ ਸੋਚਿਆ ਸੀ ਕਿ 5-6 ਦਿਨ ਦਾ ਸਮਾਗਮ ਹੋਵੇ ਨਾ ਤੇ ਮੈਂ ਰਿਸਰਚ ਕੀਤੀ ਸੀ ਕਿ ਕਿਹੜਾ ਕਿਹੜਾ ਸਿੰਘ ਕਿਹੜੇ ਕਿਹੜੇ ਜਥੇ ਦੇ ਵਿੱਚ ਗਿਆ ਕਿਹੜੇ ਕਿਹੜੇ ਵਕਤ ਸ਼ਹੀਦ ਹੋਇਆ ਕਿਹੜਾ ਉਹਦੇ ਕੋਲ ਸ਼ਸਤਰ ਸੀ ਤੇ ਉਹਦਾ ਪਰਿਵਾਰਕ ਪਿਛੋਕੜ ਕੀ ਸੀ ਅਗਲੀ ਵਾਰੀ ਜ਼ਰੂਰ ਕਰਾਂਗੇ ਕਿਉਂਕਿ ਮੈਂ 1 ਸਾਲ ਲਾਇਆ ਸੀਗਾ ਕਿਉਂਕਿ ਅਸੀਂ ਕਹਿ ਦਿੰਨੇ ਆਂ ਜੇ ਪੰਜਾਂ ਸਿੰਘਾਂ ਦਾ ਜਥਾ ਗਿਆ ਉਹ ਸ਼ਹੀਦ ਹੋਗੇ ਚਾਰ ਸਿੰਘਾਂ ਦਾ ਜਥਾ ਗਿਆ ਉਹ ਸ਼ਹੀਦ ਹੋਗੇ ਪਰ ਮੈਂ 1 ਸਾਲ ਇਸ ਗੱਲ ਤੇ ਲਾਇਆ ਸੀ ਕਿ ਕਿਹੜਾ ਸਿੰਘ ਕਿਸ ਪਰਿਵਾਰ ਦੇ ਵਿੱਚੋਂ ਕਿਹੜੇ ਜਥੇ ਦੇ ਨਾਲ ਕਿਹੜੇ ਵਕਤ ਤੇ ਕਿਹੜਾ ਸ਼ਸਤਰ ਖਰਚਮਕੌਰ ਦੀ ਗੱਲ ਕਰੀਏ ਅਸੀਂ ਅਕਸਰ ਕਹਿ ਦਿੰਨੇ ਸਾਕਾ ਚਮਕੌਰ ਚਮਕੌਰ ਸਾਕਾ ਨਹੀਂ ਹੈ ਚਮਕੌਰ ਕੀ ਹੈ ਇੱਕ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਪੁੱਛੀਏ ਪਾਤਸ਼ਾਹ ਚਮਕੌਰ ਕੀ ਹੈ ਤੇ ਪਾਤਸ਼ਾਹ ਕਹਿਣਗੇ ਚੂਦੀਦ ਬਦਾਹਰ ਬਾ ਆਮਦ ਬਾ ਜੰਗ ਚ 시ਦੇ ਯਕੇ ਤੀਰ ਮਨ ਬੇਦਰੰਗ ਜੰਗ ਚਮਕੌਰ ਜੰਗ ਹੈ ਤੇ ਸਰਹੰਦ ਸੱਗ ਹੈ ਅੰਤਰ ਕੀ ਹੈ ਇੱਥੇ ਸਹਿਬਜਾਦੇ ਜੰਗ ਲੜ ਰਹੇ ਨੇ ਉੱਥੇ ਜੰਗ ਲੜਨ ਦਾ ਵਕਤ ਨਹੀਂ ਉੱਥੇ ਸ਼ਹਾਦਤ ਪ੍ਰਵਾਨ ਕੀਤੀ ਜਾ ਰਹੀ ਹੈ ਸੋ ਵੀਰ ਰਸ ਤੇ করুণਾ रस ਉੱਥੇ ਵੀ ਹੈ ਵੀਰ ਰਸ ਤੇ করুণਾ रस ਇੱਥੇ ਵੀ ਹੈ ਪਰ ਉੱਥੇ ਜੰਗ ਨਹੀਂ ਹੈ ਇਸ ਕਰਕੇ ਸਾਕ ਹੈ ਇੱਥੇ ਸ਼ਸਤਰ ਚੁਲਾਏ ਜਾ ਰਹੇ ਨੇ ਇਹ ਜੰਗ ਹੈ ਅੰਤਰ ਇਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਦੇ ਪਹਿਲੇ ਦੋ ਸਿੰਘ ਜਿਹੜੇ ਦਰਵਾਜ਼ਿਆਂ ਦੇ ਉੱਪਰ ਨੇ ਪਾਈ ਮਦਨ ਸਿੰਘ ਤੇ ਕਾਠਾ ਸਿੰਘ ਉਸ ਤੋਂ ਬਾਅਦ ਸ਼ੇਰ ਸਿੰਘ ਤੇ ਨਹਰ ਸਿੰਘ ਸ਼ਹੀਦ ਹੋਣ ਵਾਲਿਆਂ ਦੇ ਵਿੱਚ ਭਾਈ ਬਚਿੱਤਰ ਸਿੰਘ ਦੇ ਪਰਿਵਾਰ ਦੇ ਵਿੱਚੋਂ ਕਿਰਪਾ ਰਾਮ ਦੱਤ ਜਿਹੜਾ ਆਇਆ ਸੀ ਕਿਸੇ ਸਮੇ ਗੁਰੂ ਸਾਹਿਬ ਦੇ ਕੋਲੋਂ ਕਸ਼ਮੀਰੀ ਪੰਡਤਾਂ ਦੀ ਫਰਿਆਦ ਨੂੰ ਲੈ ਕੇ ਉਹ ਉਸ ਦਾ ਬੇਟਾ ਭਾਈ ਮਤੀਦਾਸ ਦਾ ਪਰਿਵਾਰ ਭਾਈ ਗੁਰਬਖਸ਼ੀ ਸਿੰਘ ਹੁਣੀ ਭਾਈ ਸ਼ੇਰ ਸਿੰਘ ਤੇ ਨਹਿਰ ਸਿੰਘ ਹੁਣੀ ਇਹ 40 ਸਿੰਘ ਜਿਹੜੇ ਪਰਿਵਾਰਾਂ ਦੇ ਵਿੱਚੋਂ ਸੀ ਮੈਂ ਇਹਨਾਂ ਸਾਰਿਆਂ ਦੀ ਖੋਜ ਕੀਤੀ ਜਿਹੜੇ ਪਰਿਵਾਰ ਦੇ ਵਿੱਚੋਂ ਕਦੋਂ ਸਿੱਖੀ ਦੇ ਵਿੱਚ ਆਏ ਭਾਈ ਮੱਖਣਸ਼ਾਹ ਲੁਬਾਣੇ ਦਾ ਪੁੱਤਰ ਜਵੰਦ ਸਿੰਘ ਉਹ ਵੀ ਇਸ ਜੁੱਧ ਦੇ ਵਿੱਚ ਸ਼ਹੀਦ ਹੁੰਦਾ ਹੈ ਸਾਰੇ ਸਿੰਘਾਂ ਦੇ ਪਰਿਵਾਰ ਜਿਹੜੇ ਨੇ ਖੈਰ ਅਸੀਂ ਸੰਖੇਪ ਦੇ ਵਿੱਚ ਗੱਲ ਕਰੀਏ ਜਿੱਥੇ ਜਾਂਦੇ ਨੇ ਸ਼ਹਾਦਤਾਂ ਪ੍ਰਾਪਤ ਕਰਦੇ ਨੇ ਜੁੱਧ ਦਾ ਇੱਕ ਅਸੂਲ ਹੁੰਦਾ ਹੈ ਉਸ ਅਸੂਲ ਦੇ ਵਿੱਚ ਜਿਹੜੀ ਪਹਿਲੀ ਵਰਤੋਂ ਕੀਤੀ ਜਾਂਦੀ ਉਹ ਅਸਤਰਾਂ ਦੀ ਕੀਤੀ ਜਾਂਦੀ ਹੈ ਜਿਹੜੇ ਦੂਰੋਂ ਚਲਾਏ ਜਾ ਸਕਣ। ਮੈਂ ਇੱਕ ਹੋਰ ਗੱਲ ਖੋਲ੍ਹਾਂ। ਲੁਧਿਆਣੇ ਦੇ ਕੋਲ ਪਿੰਡ 모ਹੀ ਹੈ। ਤੇ 모ਹੀ ਇੱਕ ਗੁਰਦੁਆਰਾ 모ਹੀ ਸਾਹਿਬ ਹੈ। ਉੱਥੇ ਇਤਿਹਾਸ ਵੀ ਲਿਖਿਆ ਹੈ ਤੇ ਫੋਟੋ ਵੀ ਲੱਗੀ ਹੈ। ਕਿ ਚਮਕੌਰ ਦੀ ਗੜੀ ਨੂੰ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਇੱਕ ਲੋਹਾਰ ਦੇ ਕੋਲੋਂ ਮੁੰਦਰੀਆਂ ਕਟਵਾਈਆਂ ਉਹ ਮੁੰਦਰੀਆਂ ਨਹੀਂ ਹੁੰਦੀਆਂ ਤੁਸੀਂ ਸੋਚਦੇ ਹੋ ਗੁਰੂ ਸਾਹਿਬ ਹੱਥਾਂ ਤੇ ਛਾਪਾਂ ਛੱਲੇ ਤੇ ਮੁੰਦਰੀਆਂ ਪਾਉਂਦੇ ਹੋਣਗੇ ਨਹੀਂ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਸਾਹਿਬ ਨੇ ਤੀਰਾਂ ਦੀ ਬਹੁਤ ਜ਼ਿਆਦਾ ਵਰਖਾ ਕੀਤੀ ਤੁਸੀਂ ਹਰ ਜੇਸ ਵੀ ਦੁਸ਼ਮਣ ਨੂੰ ਜ਼ਮੀਨ ਤੇ ਲਟਾਉਂਦੇ ਨੇ ਉਹ ਕਹਿੰਦੇ ਨੇ ਚਸ਼ੀਦੇ ਜੱਕੇ ਤੀਰ ਮੰਨ ਬਦਰ ਬੇਦਰੰਗ ਦਰੇਗਾ ਅਗਰ ਰੂਏ ਉਦੀਦ ਮੇ ਬਬ ਜੱਕ ਤੀਰਲਾ achar ਬਖਸ਼ੀਦ ਮੇ ਬਸੇ ਹਮਲਾ ਕਰ ਦੰਬ ਮਰਦਾਨਗੀ ਅਜ਼ਹਮ ਹੋਸ਼ਗੀ ਅਜ਼ਹਮ ਦੀਵਾਨਗੀ ਹਰ ਥਾਂ ਤੇ ਤੀਰ ਦੀ ਗੱਲ ਕਰਦੇ ਨੇ ਤੇ ਤੀਰਾਂ ਨੂੰ ਚਲਾਉਣ ਦੇ ਵਾਸਤੇ ਉਂਗਲ ਤੇ ਅੰਗੂਠੇ ਦੇ ਉੱਪਰ ਤੰਦੀ ਦਾ ਜਖਮ ਨਾ ਹੋਵੇ ਉਹਨੂੰ ਉੰਗੁਸ਼ਤ ਛੱਲਾ ਕਿਹਾ ਜਾਂਦਾ ਲੋਹੇ ਦਾ ਛੱਲਾ ਚੜਾਇਆ ਜਾਂਦਾ ਠੰਡ ਦੇ ਦੇਣ ਸੀ ਇੰਨੇ ਜ਼ਿਆਦਾ ਤੀਰ ਚਲਾਏ ਕਿ ਉਂਗਲਾਂ ਸੁੱਜ ਗਈਆਂ ਉਹ ਛੱਲੇ ਲੱਥ ਨਹੀਂ ਰਿਲੇ ਜਿਸ ਕਰਕੇ ਲੋਹਾਰ ਦੇ ਕੋਲੋਂ ਜਾ ਕੇ ਕਟਾਉਣੇ ਪਏ। ਉਹ ਕੋਈ ਮੁੰਦਰੀਆਂ ਨਹੀਂ ਸੀ। ਉਹ ਤੀਰ ਚਲਾਉਣ ਵਾਲੇ ਛੱਲੇ ਸੀ ਜਿਨ੍ਹਾਂ ਨੂੰ ਆਰਚਰ ਰਿੰਗ ਕਿਹਾ ਜਾਂਦਾ ਅੰਗਰੇਜ਼ੀ ਦੇ ਵਿੱਚ। ਇਹ ਸਾਡੇ ਇਤਿਹਾਸ ਦੀਆਂ ਬੜੀਆਂ ਵੱਡੀਆਂ ਭੁੱਲਾਂ ਨੇ। ਕਿਉਂਕਿ ਜਦੋਂ ਤੁਸੀਂ ਅਸੀਂ ਫੋਟੋ ਨੂੰ ਵੇਖੋਗੇ ਨਾ ਤੇ ਉਹ ਨਗ ਵਾਲੀ ਮੁੰਦਰੀ ਕੱਟ ਰਿਹਾ ਗੁਰੂ ਸਾਹਿਬ ਦੇ। ਤੇ ਬੱਚੇ ਕੀ ਸਬਕ ਲੈ ਕੇ ਜਾਣਗੇ ਉਸ ਤੋਂ ਉਹਨਾਂ ਨੂੰ ਪਤਾ ਹੀ ਨਹੀਂ ਹੋਵੇਗਾ ਕਿ ਆਰਚਰ ਰਿੰਗ ਕੀ ਹੁੰਦਾ ਉਹ ਸੋਚਣਗੇ ਕਿ ਨਹੀਂ ਜੇ ਗੁਰੂ ਸਾਹਿਬ ਮੁੰਦਰੀਆਂ ਪਾ ਲੈਂਦੇ ਸੀ ਤੇ ਫਿਰ ਅਸੀਂ ਵੀ ਪਾ ਲਈਏ ਤੇ ਕਿਹੜੀ ਗੱਲ ਆ ਬੱਚਿਆਂ ਦੇ ਮਨ 'ਚ ਇਹ ਗੱਲ ਜਾਵੇਗੀ ਖੈਰ ਜਥੇ ਜਾ ਰਹੇ ਨੇ ਸ਼ਹਾਦਤਾਂ ਹੋ ਰਹੀਆਂ ਨੇ ਸਹਬਜ਼ਾਦਾ ਅਜੀਤ ਸਿੰਘ ਮੈਦਾਨੇ ਜੰਗ ਦੇ ਵਿੱਚ ਦੋ ਗੱਲਾਂ ਸ਼ਸਤਰ ਵਿੱਦਿਆ ਕਿ ਐਸੀ ਤੇ ਘੋੜ ਸਵਾਰੀ ਕਿ ਐਸੀ ਘੋੜ ਸਵਾਰੀ ਦੇ ਬਾਰੇ ਉਹ ਕਹਿੰਦੇ ਨੇ ਕਿ ਚਾਂਦ ਸੇ ਸੁੰ ਘੋੜੇ ਦੇ ਜ਼ਿਕਰ ਕਰਦੇ ਹਕੀਮ ਮਿਰਜ਼ਾ ਅਲਾ ਯਾਰ ਖਾਨ ਜੋਗੀ ਚਾਂਦ ਸੇ ਸੁੰ ਤੌਸੀ ਦਮ ਮਾਰ ਕੀ ਸੂਰਤ ਕਹਿੰਦੇ ਚੰਦਰਮਾ ਵਰਗੇ ਘੋੜੇ ਦੇ ਸੁੰ ਸੱਤ ਵਰਗਾ ਫਰਤੀਲਾ ਮੋਰ ਵਰਗੀ ਉਹਦੀ ਪੂਸ਼ ਫਿਰ ਅਗਲੀ ਗੱਲ ਕਹਿੰਦੇ ਪਰ ਹੈ ਨਹੀਂ ਪਰ ਉੜਦਾ ਹੈ ਪਰਦਾਰ ਕੀ ਸੂਰਤ ਇੱਕ ਇਸ਼ਾਰੇ ਪੇ ਗੂਮਦਾ ਹੈ ਪ੍ਰਕਾਰ ਕੀ ਸੂਰਤ ਕਹਿੰਦੇ ਇੰਨੀ ਪਿਆਰੀ ਘੋੜਸਵਾਰੀ ਕਰ ਰਏ ਸੀ ਸਹਬਜ਼ਾਦਾ ਅਜੀਤ ਸਿੰਘ ਮੈਦਾਨੇ ਜੰਗ ਦੇ ਵਿੱਚ ਕਿ ਜਿਹੜਾ ਘੋੜਾ ਸੀ ਇੰਜ ਲੱਗ ਰਿਹਾ ਸੀ ਉਹਦੇ ਜਿਸਮ ਤੇ ਖੰਭ ਤਾਂ ਨਹੀਂ ਹੈਗੇ ਪਰ ਉਹ ਬਿਨਾ ਖੰਭਾਂ ਤੋਂ ਉੱਡ ਰਿਹਾ ਤੇ ਜਿਸ ਤਰ੍ਹਾਂ ਬੱਚੇ ਸਾਡੇ ਜੀਓਗ੍ਰਾਫੀ ਦੇ ਵਿੱਚ ਪ੍ਰਕਾਰ ਕਮਾਉਂਦੇ ਨੇ ਨਾ ਕਿੰਨੀ ਕਮਾਂਡ ਹੁੰਦੀ ਹੈ ਸੈਂਟਰ ਦੇ ਉੱਪਰ ਘੁਮਾਉਣ ਦੀ ਕਹਿੰਦਾ ਕਿ ਇੱਕ ਇਸ਼ਾਰੇ 'ਤੇ ਘੁੰਮਦਾ ਹੈ ਪ੍ਰਕਾਰ ਕੀ ਸੂਰਤ ਜਿਸ ਤਰ੍ਹਾਂ ਪ੍ਰਕਾਰ ਘੁੰਮਦੀ ਹੈ ਇੱਕ ਪੈਰ ਤੇ ਘੁੰਮ ਜਾਣਾ ਇਸ ਤਰ੍ਹਾਂ ਦੀ ਘੋੜਸਵਾਰੀ ਫਿਰ ਤਲਵਾਰ ਦੀ ਗੱਲ ਕਹਿੰਦੇ ਕਿਆ ਤਾਰੀਫ਼ ਕਰੂੰ ਬਾਂਕੀ ਕੀਨ ਨੂੰ ਕੀਲੀ ਕੀ ਸ਼ਰਰਬਾਰ ਕੀ ਕਹਿੰਦਾ ਦੁਸ਼ਮਣ ਪਤਾ ਕੀ ਕਹਿ ਰਿਹਾ ਹੈ ਕਹਿੰਦਾ ਕਿ ਤਲਵਾਰ ਨਹੀਂ ਅਧੂ ਕਹੇ ਜੇ ਬਰਕ ਬਰਕ ਕਿਆ ਜਦ ਦਸਮਾਨੀ ਬਿਜਲੀ ਨੂੰ ਅਧੂ ਕਹੇ ਜੇ ਬਰਕ ਹੈ ਤਲਵਾਰ ਨਹੀਂ ਹੈ ਇਸ ਕਾਟ ਦਾ ਦੇਖਾ ਕਬੀ ਹਥਿਆਰ ਨਹੀਂ ਹੈ ਇਸ ਤਰ੍ਹਾਂ ਦਾ ਹਥਿਆਰ ਤੇ ਇਸ ਤਰ੍ਹਾਂ ਦਾ ਚਲਾਉਣ ਵਾਲਾ ਸੂਰਮਾ ਨਹੀਂ ਵੇਖਿਆ ਸਾਹਿਬਜ਼ਾਦਾ ਅਜੀਤ ਸਿੰਘ ਮੈਦਾਨੇ ਜੰਗ ਦੇ ਵਿੱਚ ਜੂਸ ਰਹੇ ਨੇ अनेका ਉਹਨਾਂ ਦੇ ਵੱਡੇ ਜਿਹੜੇ ਸੂਰਮੇ ਸੀ ਜ਼ਮੀਨ ਦੇ ਉੱਪਰ ਸੁੱਟ ਦਿੱਤੇ ਇੰਨੇ ਚਿਰ ਨੂੰ ਇਹਨਾਂ ਦਾ ਮੁਕਾਬਲਾ ਅਨਵਰ ਖਾਨ ਦੇ ਨਾਲ ਹੋਇਆ ਅਨਵਰ ਖਾਨ ਨੇ ਆਪਣਾ ਸਾਰਾ ਜਿਸਮ ਸੰਜੋਗ ਦੇ ਵਿੱਚ ਟੱਕਿਆ ਹੋਇਆ ਸੀ ਚਲਦਿਆਂ ਚਲਦਿਆਂ ਮੁਕਾਬਲੇ ਦੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨੇ ਆਪਣਾ ਨੇਜਾ ਜਦੋਂ ਦੀ ਛਾਤੀ ਦੇ ਵਿੱਚ ਮਾਰਿਆ ਫੁਲਾਦ ਇੰਨਾ ਸਖਤ ਸੀ ਕਿ ਨੇਜਾ ਟੁੱਟ ਗਿਆ ਇਹਨਾਂ ਨੇ ਨੇਜਾ ਸੁੱਟ ਲਿਆ ਸ਼ਮਸ਼ੀਰ ਦੇ ਨਾਲ ਲੜਨਾ ਸ਼ੁਰੂ ਕਰ ਦਿੱਤਾ ਸ਼ਮਸ਼ੀਰ ਦੇ ਨਾਲ ਲੜਦਿਆਂ ਲੜਦਿਆਂ ਇਤਨੇ ਮੇ ਖਦੰਗ ਆ ਕੇ ਲਗਾ ਹਾਏ ਜ਼ਿਕਰ ਮੇ ਤਾਂ ਤੀਰ ਕਲੇਜੇ ਮੇ ਜੰ ਘਾਟਾ ਕੁਲੇਦਰ ਮੇ ਤੇ ਉਰਾ ਕੇ ਗਰੇ ਜੀਨ ਸੇ ਸਰਕਾਰ ਜ਼ਮੀ ਪਰ ਕਹਿੰਦੇ ਕਿ ਦੂਰੋਂ ਕਿਸੇ ਦੁਸ਼ਮਣ ਨੇ ਇੱਕ ਤੀਰ ਚਲਾਇਆ ਜਿਹੜਾ ਸਹਬਜ਼ਾਦਾ ਅਜੀਤ ਸਿੰਘ ਦੀ ਪਿੱਠ ਦੇ ਵਿੱਚੋਂ ਆਰ-ਪਾਰ ਹੋ ਗਿਆ ਸਹਬਜ਼ਾਦਾ ਅਜੀਤ ਸਿੰਘ ਮੈਦਾਨੇ ਜੰਗ ਦੇ ਵਿੱਚ ਜ਼ਖਮੀ ਹੋ ਕੇ ਡਿੱਗ ਪਏ ਹੁਣ ਜ਼ਖਮੀ ਹੋ ਕੇ ਡਿੱਗੇ ਨੇ ਉਹਦੇ باوجود ਵੀ ਲਗਾਤਾਰ ਦੁਸ਼ਮਣ ਦਾ ਹਰ ਸਿਪਾਈ ਤੀਰbaar ਰਿਹਾ ਕਿਉਂ ਕਿ ਕਿਉਂਕਿ ਉਹ ਉਸ ਜੁੱਧ ਦੇ ਜਰਨੈਲ ਨੇ ਪੁਰਾਣੇ ਸਮਿਆਂ ਦੇ ਵਿੱਚ ਇੱਕ ਰਵਾਇਤ ਹੁੰਦੀ ਸੀ ਅੱਜ ਵੀ ਤੁਹਾਨੂੰ ਕਿਤੇ ਜਿੱਦਾਂ ਥਾਵਾਂ ਦੇ ਉੱਪਰ ਬਿਲਕੁਲ ਜਿਹੜ ਨੂੰ ਅਸੀਂ ਕਹਿ ਸਕਦੇ ਹਾਂ ਕਿ ਸੱਭਿਆਚਾਰ ਦੇ ਅਧੀਨ ਜਿਹੜੀ ਤੀਰ ਅੰਦਾਜ਼ੀ ਹੁੰਦੀ ਤਿੱਬਤ ਜਾ ਕੇ ਤੁਸੀਂ ਕਿਤੇ ਵੇਖ ਲਓ ਮੈਂ ਦੋ ਤਿੰਨ ਵਾਰੀ ਗਿਆ ਵੇਖੋ ਇੱਕ ਨਿਸ਼ਾਨੇ ਦੇ ਉੱਪਰ ਤੀਰ ਲਾਉਣਾ ਹੋਵੇ ਅਸੀਂ 10 ਜਾਣੇ ਤੀਰ ਨਿਸ਼ਾਨਾ ਲਾ ਰਹੇ ਹੋਈਏ ਹੁਣ ਕਿਸੇ ਨੂੰ ਕੀ ਪਤਾ ਕਿਹੜਾ ਤੀਰ ਕਿਹਦਾ ਹੈ ਕਿਹੜਾ ਤੀਰ ਕਿਹਦਾ ਹੈ ਇਸ ਕਰਕੇ ਹਰ ਤੀਰ ਦੇ ਪਿੱਛੇ ਹਰ ਤੀਰ ਅੰਦਾਜ਼ ਆਪਣੀ ਨਿਸ਼ਾਨੀ ਦਾ ਧਾਗਾ ਬੰਨ੍ਹਦਾ ਹੈ ਕੋਈ ਕਿਸੇ ਰੰਗ ਦਾ ਧਾਗਾ ਬੰਨ੍ਹਦਾ ਉਹਨੂੰ ਇਹ شناخت ਹੁੰਦੀ ਹੈ ਕਿ ਤੀਰ ਮੇਰਾ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਜਦੋਂ ਜੇਜੋਂ ਦੀ ਜੰਗ ਦੇ ਵਿੱਚ ਤਾਰਾ ਆਜ਼ਮ ਮਾਰਿਆ ਜਾਂਦਾ ਹੈ ਬਹਾਦਰ ਸ਼ਾਹ ਜਿੱਤਦਾ ਹੈ ਤੇ ਜਦੋਂ ਉਹਦੀ ਛਾਤੀ 'ਚੋਂ ਤੀਰ ਕੱਢ ਕੇ ਵੇਖਿਆ ਜਾਂਦਾ ਤੇ ਸਾਰੇ ਕਹਿੰਦੇ ਤੀਰ ਕਿਦਾ ਜਿਸ ਨਾਲ ਤਾਰਾ ਆਜ਼ਮ ਮਰਿਆ ਹੈ ਤੇ ਬਹਾਦਰ ਸ਼ਾ ਜਿਹੜਾ ਸ਼ਾਇਦ ਆ ਮੌਜੂਮ ਸੀ ਨਾ ਉਸਲੇ ਤੀਰ ਪੁੱਟ ਕੇ ਪਤਾ ਕੀ ਕਹਿੰਦਾ ਕਹਿੰਦਾ ਹਮ ਜਾਨਤ ਤਹ ਮਰਦ ਕੋ ਜਹ ਤਰਕਿਸ਼ ਕਾ ਇਹ ਤੀਰ ਇਸ ਤੀਰ ਦੇ ਪਿੱਛੇ ਸੋਨਾ ਲੱਗਾ ਹੋਇਆ ਗੁਰੂ ਗੋਬਿੰਦ ਸਿੰਘ ਦਾ ਤੀਰ ਹੈ ਹਰ ਤੀਰ ਅੰਦਾਜ਼ ਦੀ ਆਪਣੇ ਤੀਰ ਦੀ ਸ਼ਨਾਖਤ ਹੁੰਦੀ ਸੀ ਸੋ ਹਰ ਸਿਪਾਹੀ ਸਹਬਜ਼ਾਦੇ ਨੂੰ ਤੀਰ ਮਾਰ ਰਿਹਾ ਕਿ ਆਪਣੇ ਬਾਦਸ਼ਾਹ ਦੇ ਸਾਹਮਣੇ ਮੈਂ ਇਹ ਕਲੇਮ ਕਰ ਸਕਾਂ ਕਿ ਮੇਰੇ ਤੀਰ ਦੇ ਨਾਲ ਸਹਬਜ਼ਾਦਾ ਸ਼ਹੀਦ ਹੋਇਆ ਇਸ ਕਰਕੇ ਵੱਧ ਤੋਂ ਵੱਧ ਤੀਰਾਂ ਦੀ ਵਰਖਾ ਕੀਤੀ ਗਈ। ਸਹਬਜ਼ਾਦਾ ਜੀਤ ਸਿੰਘ ਸ਼ਹਾਦਤ ਪ੍ਰਾਪਤ ਕਰਕੇ ਹਕੀਮ ਮਿਰਜ਼ਾ ਅਲਾ ਯਾਰ ਖਾਨ ਜੋਗੀ ਕਹਿੰਦਾ ਹੈ ਕਹਿੰਦਾ ਹੈ ਕਿ ਐਵੇਂ ਦੇ ਵਰਤਾਰੇ ਨੂੰ ਵੇਖ ਕੇ ਕਹਿੰਦਾ ਇੱਕ ਬਾਪ ਦੇ ਮਨ ਦੇ ਉੱਪਰ ਕੀ ਬੀਤੀ ਹੋਵੇਗੀ। ਪਰ ਮੈਂ ਕਹਿੰਦਾ ਹੈਰਾਨ ਰਹਿ ਗਿਆ ਜਦੋਂ ਮੈਂ ਆਪਣੀ ਸਰੋਤ ਦੇ ਵਿੱਚ ਚਮਕੌਰ ਦੀ ਗੜੀ ਦੀ ਮਮਤੀ ਦੇ ਉੱਪਰ ਖੜੇ ਗੁਰੂ ਗੋਬਿੰਦ ਸਿੰਘ ਨੂੰ ਵੇਖਦਾ ਤੇ ਕਹਿੰਦਾ ਹੈਰਾਨ ਰਹਿ ਗਿਆ ਕਿ ਉਹਦੇ ਮੁਖਾਰ ਰਬਿੰਦ ਚੋਂ ਇੱਕ ਸ਼ਬਦ ਨਿਕਲ ਗਿਆ ਸੀ ਪਿਓ ਪਿਆਲਾ ਸਮਨ ਕਾ ਆਜ ਭਏ ਅਸਵਾਰ ਆਜ ਖਾਲਸਾ ਖਾਸ ਭਇਓ ਸਤ ਗੁਰ ਕੀ ਦਰਬਾਰ ਪਾਤਸ਼ਾਹ ਇੱਕ ਅਮਾਨਤ ਰਹੀਦੀ ਸੀ ਉਹ ਤੇਰੇ ਚਰਨਾਂ ਦੇ ਵਿੱਚ ਅਦਾ ਕਰ ਦਿੱਤੀ ਹੁਣ ਸਹਬਜ਼ਾਦਾ ਜੁਚਾਰ ਸਿੰਘ ਖੜੇ ਸ਼ਸ਼ਤਰ ਪਹਿਨਨੇ ਤੇ ਗੁਰੂ ਸਾਹਿਬ ਨੂੰ ਆ ਕੇ ਗੱਲ ਕਹਿੰਦੇ ਨੇ ਭਾਈ ਸੇ ਪਿਛੜ ਕਰ ਹਮੇ ਜੀਣਾ ਨਹੀਂ ਆਤਾ ਸੋਨਾ ਨਹੀਂ ਖਾਣਾ ਨਹੀਂ ਪੀਣਾ ਨਹੀਂ ਆਤਾ ਤੇ ਪਾਤਸ਼ਾਹ ਨੇ ਹੋਰ ਕੁਝ ਨਹੀਂ ਕਿਹਾ ਪਤਾ ਕੀ ਕਿਹਾ ਕਹਿੰਦੇ ਕੁਰਬਾਨ ਕੁਰਬਾਨ ਪਿਦਰ ਕੋ ਕੋਈ ਇਨਕਾਰ ਨਹੀਂ ਹੈ ਕਹਿੰਦੇ ਜੁਝਾਰ ਸਿੰਘ ਇੰਨੀ ਖੁਸ਼ੀ ਹੋਈ ਨਾ ਕਿ ਮੈਨੂੰ ਇਹ ਨਹੀਂ ਕਹਿਣਾ ਪਿਆ ਹੁਣ ਤੇਰੀ ਵਾਰੀ ਆ ਤੂੰ ਆਪਣੇ ਆਪ ਹੀ ਉੱਠ ਕੇ ਆ ਗਿਆ ਕੁਰਬਾਨ ਪਿਦਰ ਕੋ ਕੋਈ ਇਨਕਾਰ ਨਹੀਂ ਹੈ ਪਰ ਹੁਣ ਕੁਝ ਗੱਲਾਂ ਦਾ ਖਿਆਲ ਰੱਖੀ लो आओ बेटा आओ तुम्हें खूब सजा दें छोटी सी तेग छोटी सी कलगी सजा दें लो जाओ बेटा में जो जौहर दिखाना दुश्मन हो खौफ दंग रह जाए जमाना खाहिश है तुम्हें तेग चलाते हुए देखें हम आंख से बर्शी तुम्हें खाते हुए देखें फिर अगली गल कि ਕੁਰਬਾਨ ਪਿਦਰ ਕੋ ਕੋਈ ਇਨਕਾਰ ਨਹੀਂ ਹੈ ਸਿਨ ਖੇਲ ਕਾ ਹੈ ਰਨ ਕਾ ਸਜ਼ਾ ਵਾਰ ਨਹੀਂ ਹੈ ਚਲਾਨੀ ਆਤੀ ਅਭੇ ਤੁਮੇ ਤਲਵਾਰ ਨਹੀਂ ਹੈ ਜੇ ਗੁਲਸਾ ਬਦਨ ਕਾਬਲੇ ਸਫਾਰ ਨਹੀਂ ਹੈ ਪਰ ਬੇਟਾ ਇੱਕ ਗੱਲ ਜਬ ਤੀਰ ਕਲੇਜੇ ਮੇ ਲਗੇ ਤੋ ਸੀ ਨਹੀਂ ਕਰਨਾ ਉਫ ਮੂੰਹ ਸੇ ਮੇਰੀ ਜਾਨ ਕਬੀ ਵੀ ਨਾ ਉਚਰਨਾ ਬੇਟਾ ਮੈਦਾਨੇ ਜੰਗ ਚ ਜਾ ਰਿਹਾ ਜੇ ਤੋ ਤੇਰੀ ਛਾਤੀ ਚ ਦੁਸ਼ਮਨ ਦਾ ਤੀਰ ਲੱਗੇਗਾ ਨਾ ਤੇ ਉਫ ਸੀ ਨਹੀਂ ਕਰਨੀ ਜਦੋਂ ਦੁਸ਼ਮਣ ਦੀ ਤਲਵਾਰ ਤੇਰੀ ਗਲਕੰਢੀ ਨੂੰ ਕੱਟੇਗੀ ਨਾ ਹਾਏ ਨਹੀਂ ਕਹਿਣਾ ਕਿਉਂ ਕਿਉਂਕਿ ਦੇਤੇ ਹਮ ਖੰਜਰ ਇਸੇ ਸ਼ਮਸ਼ੀਰ ਸਮਝਣਾ ਨੇਜੇ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਣਾ ਜਿਤਨੇ ਵੀ ਮਰੇ 인ਸੇ ਉਨੇ ਬੇਪੀਰ ਸਮਝਣਾ ਕਬੀ ਜੰਗ ਮੇ ਹੋਣਾ ਨਹੀਂ ਦਿਲਗੀਰ ਸਮਝਣਾ ਹੁਣ ਇੱਥੇ ਇੱਕ ਫਿਰ ਇੱਕ ਕੁੰਡੀ ਜੇ ਸਹਿਮ ਜਦੋਂ ਅਜੀਤ ਸਿੰਘ ਵੀ ਮੈਦਾਨੇ ਜੰਗ ਦੇ ਵਿੱਚ ਗਏ ਸੀ ਉਦੋਂ ਦਾਦੇ ਦੀ ਤਸ਼ਬੀਹ ਨਹੀਂ ਦਿੱਤੀ ਗਈ ਪਰ ਜਦੋਂ ਜੁਝਾਰ ਸਿੰਘ ਜਾ ਰਹੇ ਨੇ ਉਦੋਂ ਪਾਤਸ਼ਾਹ ਕਹਿੰਦੇ ਨੇ ਦਾਦੇ ਵਾਂਗੂ ਜਾ ਰਹੇ ਹੈ ਕਿਉਂ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ 14 ਸਾਲ ਦੀ ਉਮਰ 'ਚ ਹੀ ਕਰਤਾਰਪੁਰ ਦੀ ਜੰਗ ਲੜੀ ਸੀ ਕਿ ਜਿਸ ਉਮਰ ਦੇ 'ਚ ਤੇਰੇ ਦਾਦੇ ਨੇ ਜੰਗ ਲੜੀ ਸੀ ਨਾ ਉਸੇ ਉਮਰ 'ਚ ਪੁੱਤਰਾ ਮੈਦਾਨੇ ਜੰਗ 'ਚ ਜਾ ਰਿਹਾ ਹੈ ਗਏ ਸਾਹਿਬ ਜਦੋਂ ਜੁਝਾਰ ਸਿੰਘ ਮੈਦਾਨੇ ਜੰਗ ਦੇ ਵਿੱਚ ਜੰਗ ਦਾ ਵਰਤਾਰਾ ਬਹੁਤ ਲੰਬਾ ਹੈ ਬਕਤ ਸੀਮਤ ਹੈ 1 ਘੰਟਾ ਪਹਿਲਾਂ ਹੀ ਹੋ ਗਿਆ ਮੈਂ ਖੈਰ ਉਹਨਾਂ ਨੇ ਮੈਦਾਨੇ ਜੰਗ ਦੇ ਵਿੱਚ ਕਿਸ ਤਰ੍ਹਾਂ ਦੇ ਜ਼ਹਰ ਵਿਖਾਏ ਹੋਣਗੇ ਕਿ ਮੁਸਲਮਾਨ ਕਵੀ ਨੂੰ ਇਹ ਗੱਲ ਲਿਖਣੀ ਪੈ ਗਈ 10 20 ਕੋ ਜ਼ਖਮੀ ਕੀਆ 10 20 ਕੋ ਮਾਰਾ ਖਲਾਸ ਕੋ ਮਾਰਾ ਕبھی ਅਬਲਿਸ ਕੋ ਮਾਰਾ ਗੁਲ ਮਚ ਗਿਆ ਅਦੂ ਮੇ ਇੱਕ ਤਫਲ ਨੇ 40 ਕੋ ਮਾਰਾ ਬੰਦਾ ਇੱਕ ਮਾਰਨਾ ਬਹੁਤ ਔਖਾ ਹੁੰਦਾ ਜੀ ਔਰ ਖਾਸ ਕਰਕੇ ਜਦੋਂ ਸਾਹਮਣੇ ਬਰੰਗੇ ਮਗਸ ਬੇਸ਼ੁਮਾਰ ਆਇਦਿਸ਼ ਮਿਆ ਤੇ ਗੋ ਤੀਰੋ ਤਫੰਗ ਆਇਦਿਸ਼ ਗੁਰਸ ਨਹਾ ਕੇ ਕਾਰੇ ਕੁੰਦ ਚਹਿਲ ਨਰ ਬਦੈ ਅਕਬਰ ਆਇਦ ਬਰੋ ਬੇਖਬਰ ਜਦੋਂ ਚਾਲੀ ਹੋਣ ਭੁੱਖੇ ਪਿਆਸੇ ਹੋਣ ਸ਼ਸਤਰ ਖੁੰਡੇ ਹੋਣ ਜਿਸਮ ਠੰਡ ਦੇ ਵਿੱਚ ਭਿੱਜੇ ਹੋਣ ਤੇ ਉਹਦੇ ਮੁਕਾਬਲੇ ਲੱਖਾਂ ਦੀ ਫੌਜ ਹੋਵੇ ਜਿੰਨਾਂ ਕੋ ਚੰਗੇ ਸ਼ਸਤਰ ਹੋਣ ਤੇ ਉਸ ਸਮੇਂ ਮੈਦਾਨੇ ਜੰਗ ਦੇ ਵਿੱਚ 40 ਬੰਦੇ 40 ਸੂਰਮੇ ਜ਼ਮੀਨ ਤੇ ਸੁੱਟਦੇ ਨੇ ਆਮ ਬੰਦੇ ਦਾ ਕੰਮ ਨਹੀਂ 10 20 ਕੋ ਜ਼ਖਮੀ ਕੀਆ 10 20 ਕੋ ਮਾਰਾ ਖਲਾਸ ਕੋ ਮਾਰਾ ਕਭੀ ਇਬلیس ਕੋ ਮਾਰਾ ਗੁਲ ਸ਼ੋਰ ਕਿਹਾ ਜਾਂਦਾ ਗੁਲ ਮਚ ਗਿਆ ਅਦੂ ਮੇ ਅਦੂ ਦੁਸ਼ਮਣ ਦੁਸ਼ਮਣ ਵਿੱਚ ਕਹਿੰਦੇ ਸ਼ੋਰ ਮਚ ਗਿਆ ਇੱਕ ਤਿਫਲ ਛੋਟਾ ਦੁੱਧ ਪੀਂਦਾ ਬੱਚਾ ਇੱਕ ਤਫਲ ਨੇ 40 ਕੋ ਮਾਰਾ 40 ਸੂਰਮੇ ਜ਼ਮੀਨ ਤੇ ਸੁੱਟ ਦਿੱਤੇ ਹੁਣ ਤੁਸੀਂ ਇੱਕ ਗੱਲ ਦਾ ਖਿਆਲ ਰੱਖਿਓ ਇੱਕ ਫਾਰਸੀ ਦੀ ਕਿਤਾਬ ਮੈਨੂੰ ਲੱਭੀ ਆ ਮੈਂ ਅਗਲੇ ਸਾਲ ਕੋਸ਼ਿਸ਼ ਕਰਾਂਗਾ ਉਹਦਾ ਅਨਵਾਦ ਕਰਾਂ ਜ਼ਹਰੇ ਤੇਗ ਉਹਦੇ ਚ ਇੱਕ ਬੜੀ ਪਿਆਰੀ ਗੱਲ ਲੱਭੀ ਮੈਨੂੰ ਕਹਿੰਦੇ ਸਹਬਜ਼ਾਦਾ ਜੁਝਾਰ ਸਿੰਘ ਤੁਸੀਂ ਵੇਖੋ ਇੰਨਾ ਸਮਾਂ ਤਲਵਾਰ ਵੋਣੀ ਅਾ 10 ਵਾਰੀ ਪੌੜੀਆਂ ਚੜ੍ਹ ਕੇ ਆ ਜਾਓ ਤੁਹਾਨੂੰ ਪਿਆਸ ਲੱਗ ਜਾਨੀ ਸਰੀਰ 'ਚ ਗਰਮੀ ਆ ਜਾਂਦੀ ਹੈ ਪਿਆਸ ਲੱਗੀ ਹੋਵੇਗੀ ਨਾ ਤੇ ਕਹਿੰਦੇ ਜਦੋਂ ਸਹਿਬਜ਼ਾਦਾ ਜੁਝਾਰ ਸਿੰਘ ਦੇ ਗਲੇ ਦੇ ਉੱਪਰ ਆ ਕੇ ਦੁਸ਼ਮਣੀ ਤਲਵਾਰ ਲੱਗੀ ਨਾ ਜਦੋਂ ਧੌਰਾ ਕੇ gira ਲਖਤੇ ਜ਼ਿਕਰ ਲਖਤੇ ਜ਼ਿਕਰ ਪਰ ਉਸ ਵਕਤ ਕਿਆ ਬਤਾऊं ਕਿਆ ਬੀਤੀ ਹੈ ਪਿਦਰ ਪਰ ਪਰ ਕਹਿੰਦਾ ਬੜੀ ਪਿਆਰੀ ਗੱਲ ਲਿਖਦਾ ਕਹਿੰਦੇ ਨਾਦਾਂ ਕਾ ਜਬ ਮਸੂਮ ਦਾ ਮਸੂਮ ਦਾ ਜਦ ਖੂਨੇ ਹਲਕ ਸੇ ਆਪਣਾ ਹੀ ਖੂਨ ਆਪਣੇ ਅੰਦਰ ਗਿਆ ਜਦੋਂ ਤਲਵਾਰ ਵੱਜੀ ਨਾ ਕਹਿੰਦੇ ਕਿ ਜਦ ਖੂਨੇ ਹਲਕ ਸੇ ਜਦ ਆਖ ਹੋ ਗਿਆ ਨਾ ਦਾ ਲਹੂ ਮੇ ਭੀਗ ਕੇ ਪਿਆਸਾ ਹਿਸ ਹੋ ਗਿਆ ਪਿਆਸ ਲੱਗੀ ਹੋਵੇਗੀ ਪਰ ਪਾਣੀ ਨਹੀਂ ਤੇ ਦੁਸ਼ਮਣ ਦੀ ਤੇਗ ਨੇ ਜਦੋਂ ਗਲ ਕੰਢੀ ਨੂੰ ਕਟਿਆ ਤਾਂ ਉਹ ਹੀ ਖੂਨ ਅੰਦਰ ਗਿਆ ਨਾ ਦਾਹ ਲਹੂ ਮੇਂ ਭੀਕ ਕੇ ਪਿਆਸਾ ਹੀ ਸੋ ਗਿਆ ਸਹਬਜ਼ਾਦਾ ਜ਼ਖਮੀ ਹੋ ਕੇ ਉੱਥੇ ਡਿੱਗਾ ਜਿੱਥੇ ਸਹਬਜ਼ਾਦਾਜੀਤ ਸਿੰਘ ਪਏ ਨੇ ਤੇ ਫਿਰ ਜਦੋਂ ਕੋਲ ਵੇਖਿਆ ਕਿ ਮੇਰੇ ਵੱਡੇ ਭਰਾ ਦਾ ਜਿਸਮ ਪਿਆ ਹੈ ਜੰਗ ਮੇਂ ਜਦ ਭਾਈ ਕਾ ਲਾਸ਼ਾ ਨਜ਼ਰ ਆਇਆ ਫਰਜ਼ੰਦ ਫਿਰ ਪਹਾ ਘੋੜੇ 'ਤੇ ਉਤਰ ਆਇਆ ਜ਼ਖਮੀ ਹੋਇਆ ਸੀ ਘੋੜੇ ਤੋਂ ਉੱਤਰ ਕੇ ਨੇੜੇ ਬੈਠ ਗਿਆ ਸਰ ਗੋਦ ਦਾ ਭਾਈ ਮੇ ਲੈ ਕੇ ਉਹ ਬੋਲੇ ਭਰਾ ਦੇ ਸਿਰ ਨੂੰ ਗੋਦ ਦੇ ਵਿੱਚ ਲਿਆ ਇਸ ਖਾਬੇ ਗਿਰਾਂ ਸੇ ਜਰਾ ਹਸ਼ਿਆਰ ਤੋ ਹੋਲੇ ਅਜੀਤ ਸਿੰਘ ਇੱਕ ਵਾਰੀ ਅੱਖਾਂ ਤੇ ਖੋਲ ਕੇ ਵੇਖ ਪਾ ਵੀ ਤੇਰੇ ਕੋਲ ਆ ਗਿਆ ਇਸ ਖਾਬੇ ਗਿਰਾਂ ਸੇ ਜਰਾ ਹੁਸ਼ਿਆਰ ਤੋ ਹੋਲੇ मरने की तो ठानी है मिलके तो सोले भाई तुम्हें कर गंजे शहीदा की जमी है तो हमने भी मरने की ठानी जही है इतने खदंग आके लगा हाय जिगर में एक तीर होर लगा था तीर कलेजे में जा कांटा तुले गुले तर में तारीख जमा ना हुआ सतगुर की नजर में साहबजादा जुजार सिंह भी उसे शहादत प्राप्त कर गया ਤੇ ਜਿਸ ਜਗ੍ਹਾ ਤੇ ਸ਼ਹਾਦਤ ਪ੍ਰਾਪਤ ਕੀਤੀ ਉਸ ਜਗ੍ਹਾ ਦੇ ਬਾਰੇ ਹਕੀਮ ਮਿਰਜ਼ਾ ਅਲਾ ਯਾਰ ਖਾਨ ਜੋਗੀ ਨੂੰ ਆਪਣੀ ਰਚਨਾ ਦੇ ਆਖਰੀ ਸ਼ੇਰ ਦੇ ਵਿੱਚ ਇਹ ਗੱਲ ਕਹਿਣੀ ਪਈ ਉਸ ਨੇ ਇਹ ਗੱਲ ਕਹਿਤੀ ਬਸ ਇੱਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲਿਏ ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਿਏ ਮਿਹਰ ਕੀ ਚਮਕ ਹੈ ਤੇਰੇ ਜ਼ਰਰੋ ਮੇ اے ਚਮਕੌਰ ਜਹਾਂ ਸੇ ਫਰਿਸ਼ਤੇ ਬਣ ਕੇ ਗਏ ਆਸਮਾਨ ਕੇ ਲਿਏ ਦਿਲਾਈ ਕੌਮ ਕੋ ਸਰਬਾਜਿਓਂ ਸੇ ਸਰਦਾਰੀ ਬਰਾਏ ਕੌਮ ਚੇ ਰਤਬੇ ਲਹੂ ਬਹਾ ਕੇ ਲੀਏ ਅਪੀਲ ਕਰਤਾ ਹੂੰ ਹੱਜ ਕਰੋ ਜਹਾਂ ਆਕਰ ਇਸਤਦਾ ਕਰਤਾ ਹੂੰ ਸਿੰਘੋਂ ਕੀ ਕਰਬਲਾ ਕੇ ਲੀਏ ਦੁਨੀਆ ਦੇ ਲੋਕੋ ਜੇ ਕੋਈ ਦੁਨੀਆ ਦੀ ਪਵਿੱਤਰ ਜਗ੍ਹਾ ਹੈ ਜਿੱਥੇ ਇੱਕ ਬਾਪ ਨੇ ਆਪਣੇ ਹੱਥੀਂ ਆਪਣੀ ਕੌਮ ਦੀ ਝੋਲੀ ਚ ਆਪਣੇ ਪੁੱਤਰਾਂ ਦੇ ਸਿਰ ਪਾਏ ਹੋਣ ਤਾਂ ਚਮਕੌਰ ਤੋਂ ਕੀਮਤੀ ਕੋਈ ਜਗ੍ਹਾ ਨਹੀਂ ਸੋ ਇਸ ਅਹਿਸਾਸ ਨੂੰ ਆਪਣੇ ਹਿਰਦੇ ਦੇ ਅੰਦਰ ਰੱਖਣ ਦਾ ਯਤਨ ਕਰੀਏ ਇਹ ਜ਼ਰੂਰੀ ਨਹੀਂ ਹੈ ਕਿ ਚਾਰਕ ਦਿਨ ਜਦੋਂ ਸ਼ਹਾਦਤਾਂ ਦੇ ਸਾਕੇ ਤੇ ਜੰਗ ਦੇ ਦਿਨ ਆਉਂਦੇ ਨੇ ਉਹ ਅਹਿਸਾਸ ਉਹਨੇ ਇੱਕ ਦਿਨ ਜਨਮ ਲਵੇ ਤੇ ਫਿਰ ਸਾਡੇ ਵਿੱਚੋਂ ਗਵਾਚ ਜਾਵੇ ਇਹ ਹਮੇਸ਼ਾ ਇਸ ਅਹਿਸਾਸ ਨੂੰ ਮਹਿਸੂਸ ਕਰਦੇ ਰਹੀਏ ਤੇ ਮਹਿਸੂਸ ਕਰਦੇ ਰਵਾਂਗੇ ਤੇ ਸਾਡੀ ਆਉਣ ਵਾਲੀ ਪੀੜ੍ਹੀ ਚ ਸਿੱਖੀ ਪ੍ਰਵਾਹਿਤ ਹੋ ਸਕਦੀ ਹੈ ਜੇਕਰ ਅਸੀਂ ਇਸ ਨੂੰ ਹਿਰਦੇ ਤੋਂ ਮਹਿਸੂਸ ਕਰਨਾ ਛੱਡ ਦਿੱਤਾ ਛੋਟੇ ਸਾਹਿਬ ਜੀ ਦੀ ਸ਼ਹਾਦਤ ਦੀ ਗੱਲ ਕਰਨੀ ਸੀ ਕਿਸ ਤਰ੍ਹਾਂ ਸ਼ਹਾਦਤ ਤਾਂ ਹੋਈਆਂ ਤੁਸੀਂ ਸਾਰੇ ਜਾਣਦੇ ਹੋ ਮੈਂ ਇੱਕ ਗੱਲ ਸਾਂਝੀ ਕਰਦਾ ਗੰਗੂ ਦੇ ਘਰ ਦੀ ਰਾਤ ਗੰਗੂ ਦੇ ਘਰ ਜਦੋਂ ਸਿਹੜੀ ਪਿੰਡ ਦੇ ਵਿੱਚ ਸਾਹਿਬ ਜੀ ਦੇ ਛੋਟੇ ਤੇ ਮਾਤਾ ਜੀ ਆਏ ਨੇ ਉਸ ਸਮੇਂ ਉਹਨਾਂ ਨੂੰ ਰੋਟੀ ਖਾਦੀ ਨੂੰ 24 ਘੰਟੇ ਦਾ ਵਕਤ ਹੋ ਚੁੱਕਾ ਹੈ ਮਾਤਾ ਜੀ ਕਹਿੰਦੇ ਨੇ ਗੰਗਿਆ ਕੁਝ ਖਾਣ ਦੇ ਵਾਸਤੇ ਹੀ ਲਿਆ ਦੇ ਤੇ ਜੋ ਉਸ ਨੇ ਖਾਣ ਲਈ ਦਿੱਤਾ ਨਾ ਸਾਡੇ ਇਤਿਹਾਸ ਦੇ ਸਰੋਤ ਕਹਿੰਦੇ ਨੇ ਉਹ ਐਸੀ ਰੋਟੀ ਕਰ ਲਿਆयो ਹਮਰੇ ਕਾਗ ਨਾ ਕੁੱਕਰ ਖਾਯੋ ਜਿਹੜੀ ਉਹਨੇ ਬਈ ਜੀ ਰੋਟੀ ਲਿਆ ਕੇ ਦਿੱਤੀ ਵੀ ਨਾ ਉਹ ਐਵੇਂ ਦੀ ਸੀ ਜਿਵੇਂ ਦੀ ਰੋਟੀ ਕਾਂ ਤੇ ਕੁੱਤੇ ਵੀ ਨਹੀਂ ਖਾ ਸਕਦੇ ਸਹਬ ਜਾਦਿਆਂ ਨੂੰ ਤੇ ਸਾਡੇ ਸਰੋਤ ਕਹਿੰਦੇ ਨੇ ਉਹ ਐਸੀ ਰੋਟੀ ਕਰ ਲਿਆਇਓ ਹਮਰੇ ਕਾਗ ਨਾ ਕੁੱਕਰ ਖਾਇਓ ਔਰ ਕੀ ਇਹ ਤਸੀਹਾ ਨਹੀਂ ਇਹ ਵੀ ਇੱਕ ਤਸੀਹਾ ਹੈ ਗੁਰਬਾਣੀ ਦੇ ਵਿੱਚ ਫਰਮਾਨ ਆਉਂਦਾ ਹੈ ਕਿ ਮਨ ਕਰਕੇ ਚਲਾਕ ਬਾਂਦਰ ਤਨ ਕਰਕੇ ਬਲਵਾਨ ਹਾਥੀ ਤੇ ਸੁੰਦਰਤਾ ਕਰਕੇ ਸੁੰਦਰ ਤੋਤਾ ਇਹ ਸਾਰੇ ਭੁੱਖ ਦੇ ਕਰਕੇ ਗੁਲਾਮ ਹੁੰਦੇ ਨੇ ਇੰਨਾ ਵੱਡਾ ਤਸੀਹਾ ਮਾਰਕਟ ਮੁਸਤੀ ਅਨਾਜ ਕੀ ਮਨ ਬੌਰਾ ਰੇ ਲੀਨੀ ਹਾਥ ਪਸਾਰ ਛੂਟਨ ਕੋ ਸਹਿਸਾ ਪਰਿਓ ਮਨ ਬੌਰਾ ਰੇ ਨਾਚਿਓ ਕਰ ਕਰ ਪਾਸ ਭੁੱਖ ਦੇ ਕਰਕੇ ਗੁਲਾਮੀ ਹਾਥੀ ਅਜੇ ਹੁਣ ਤਾਂ ਹਾਥੀ ਫੜਨ ਤੇ ਪਾਬੰਦੀ ਲੱਗ ਗਈ ਹੈ ਪੁਰਾਣੇ ਸਮੇਂ ਦੇ ਜਿਹੜੇ ਆਸਾਮ ਦੇ ਸ਼ਿਕਾਰੀ ਫੜਦੇ ਸੀ ਉਹਨਾਂ ਦੇ ਕਿਤੇ ਤੁਸੀਂ ਜੰਗਲ ਨਾਮੇ ਨੇ ਪੜੋ ਨਾ ਤੇ ਹਾਥੀ ਨੂੰ ਇੱਕ ਖੂਹ ਦੇ ਵਿੱਚ ਜਿਹੜਾ ਟੱਕਿਆ ਹੁੰਦਾ ਘਾਹ ਫੂਸ ਤੇ ਨਾਲ ਉਹਦੇ ਵਿੱਚ ਡਿੱਗ ਪੈਂਦਾ ਹੈ ਇਨੂੰ ਲਗਾਤਾਰ 10-12 ਦਿਨ ਖਾਣ ਨੂੰ ਕੁਝ ਨਹੀਂ ਦਿੱਤਾ ਜਾਂਦਾ ਤੇ ਫਿਰ 10ਵੇਂ 12ਵੇਂ ਦਿਨ ਇੱਕ ਚੀਕ ਮਾਰਦਾ ਹੈ ਭੁੱਖਾ ਰਹਿ ਕੇ ਤੇ ਸ਼ਿਕਾਰੀ ਸਮਝ ਜਾਂਦੇ ਨੇ ਇਹਨੂੰ ਕਿ ਗੁਲਾਮ ਬਣਨ ਨੂੰ ਤਿਆਰ ਹੈ ਇਹ ਭੁੱਖ ਦੇ ਤਸੀਹੇ ਦੇ ਘਿਹਾਰ ਮੰਨ ਚੁੱਕਾ ਹੈ ਕਾਲ ਬੂਤ ਕੀ ਹਸਤ ਨਹੀਂ ਮਨ ਬੋਹਰਾ ਰੇ ਚਲ ਤਰਜਿਓ ਜਗਤੀਸ਼ ਫਿਰ ਅਗਲੀ ਗੱਲ ਕਿ ਉਹ ਫਿਰ ਉਸ ਹਾਲਾਤ ਦੇ ਵਿੱਚ ਆ ਜਾਂਦਾ ਹੈ ਕਿ ਰੋਜ ਕੁੱਟ ਵੀ ਖਾਣੀ ਪੈਂਦੀ ਐ ਅੰਕਸ ਸਹੇਉ ਸੀਸ ਕੁੱਟ ਵੀ ਖਾਣੀ ਪੈਂਦੀ ਐ ਗੁਲਾਮੀ ਵੀ ਕਰਨੀ ਪੈਂਦੀ ਐ ਇਹ ਤਸੀਹਾ ਔਰ ਅਸੀਂ ਸਿਰਫ ਸਰੰਦ ਦੀ ਗੱਲ ਕਰਦੇ ਆ ਅਸੀਂ ਕਦੀ ਉਸ ਤਸੀਹੇ ਨੂੰ ਸੋਚਦੇ ਆ ਜਦੋਂ ਜ਼ਾਨੀ ਖਾਨ ਤੇ ਬਾਨੀ ਖਾਨ ਛੋਟੇ ਸਹਬਜ਼ਾਦਿਆਂ ਨੂੰ ਮਰਿੰਡੇ ਦੀ ਜੇਲ੍ਹ ਦੇ ਵਿੱਚ ਲੈ ਕੇ ਗਏ ਠੰਡ ਦੇ ਦਿਨ ਤੇ ਜਿਸਮ ਤੇ ਕੱਪੜਾ ਤੇ ਕੀ ਹੋਣਾ ਸੀ ਹੱਥਾਂ ਦੇ ਵਿੱਚ ਪਤਾ ਕੀ ਸੀ ਕੋਮਲ ਅੰਗ ਹਥੌੜੀ ਹਾਥਾ ਪਾਦ ਜੰਜੀਰ ਦੇ ਸਾਥਾ ਹੱਥਾਂ ਦੇ ਵਿੱਚ ਹੱਥ ਕੜੀਆਂ ਪੈਰਾਂ ਦੇ ਵਿੱਚ ਸੰਗਲ ਸਾਰੀ ਰਾਤ ਮਰਿੰਡੇ ਦੀ ਜੇਲ੍ਹ ਦੇ ਵਿੱਚ ਨੰਗੇ ਇਸ ਤਰ੍ਹਾਂ ਰੱਖਿਆ ਗਿਆ ਕੋਈ ਉੱਪਰ ਕੱਪੜਾ ਨਹੀਂ ਦਿੱਤਾ ਗਿਆ ਤੇ ਇਤਿਹਾਸਿਕ ਸਰੋਤ ਕਹਿੰਦੇ ਨੇ ਕਿ ਇੰਨੇ ਕੋਮਲ ਗਿੱਟੇ ਤੇ ਗੁੱਟ ਸੀ ਕਿ ਵਿੱਚੋਂ ਖੂਨ ਸਿਮ ਰਿਆ ਸੀ ਜਿਹੜੇ ਉਹਨਾਂ ਨੇ ਨੀਲੇ ਬਸਤਰ ਪਾਏ ਸੀ ਨਾ ਨੀਲ ਬਸਤ ਝਗਰੀਆਂ ਤਨ ਤੇ ਐਸੇ ਬਿਜਲੀ ਸ਼ਾਮ ਅੰਬਰ ਮੇ ਜੈਸੇ ਉਹਨਾਂ ਨੂੰ ਵੀ ਖੂਨ ਲੱਗਾ ਹੋਇਆ ਸੀ ਇੰਨੇ ਤਸੀਹੇ ਇਨਾ ਦਰਦ ਇਨਾ ਸੰਤਾਪ ਇਹਦੇ باوجود ਵੀ ਇਹ ਵਰਤਾਰੇ ਸਾਡੀ ਮਾਨਸਿਕਤਾ ਦਾ ਹਿੱਸਾ ਨਾ ਬਣ ਤਾਂ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਘਾਟ ਸਾਡੇ ਵਿੱਚ ਸੋ ਆਸ ਕਰਦਾ ਕਿ ਅਸੀਂ ਇਨਾ ਵਰਤਾਰਿਆਂ ਨੂੰ ਆਪਣੇ ਹਿਰਦੇ ਤੇ ਚ ਜਹਿਨਸ਼ੀਨ ਕਰਨ ਦਾ ਯਤਨ ਜ਼ਰੂਰ ਕਰਾਂਗੇ ਇਨੀਆਂ ਇੱਕ ਬੇਨਤੀਆਂ ਪ੍ਰਵਾਨ ਫਕਤ ਮੈਂ ਜਿਆਦਾ ਲੈ ਕੇ ਅਖੇਮਾ ਦਾ ਜਾਚਕ ਬਹੁਤ ਚਿਰ ਦੇ ਤੁਸੀਂ ਬੈਠੇ ਹੋ ਔ ਗੁਰੂਦੇਵ ਪਾਛੇ ਦੀ ਬਖਸ਼ਿਸ਼ ਫਤੇ ਬਲਾਈਏ ਸਤਕਾਰ ਸਹਿਤ ਆਖਣਾ ਜੀ ਇੱਕ ਗੱਲ ਹੋਰ ਚੇਤੇ ਆ ਗਈ ਜ਼ਰੂਰੀ ਹੈ ਸਹਬਜ਼ਾਦਿਆਂ ਨੂੰ ਜਿਸ ਵੇਲੇ ਜ਼ਿਬਾ ਕੀਤਾ ਗਿਆ ਨਾ ਉਸ ਵੇਲੇ ਇੱਕ ਸਰੋਤ ਇੱਕ ਗੱਲ ਕਹਿੰਦਾ ਹੈ ਕਹਿੰਦਾ ਜੋਰਾਵਰ ਸਿੰਘ ਜੀ ਬੇਗ ਪ੍ਰਾਣ ਦੇ ਗਏ ਕਿ ਜਦੋਂ ਜ਼ਿਬਾ ਕੀਤਾ ਨਾ ਜਦੋਂ ਛਾਤੀਆਂ ਚੀਰੀਆਂ ਗਈਆਂ ਤੇ ਜੋਰਾਵਰ ਸਿੰਘ ਜਿਹੜੇ ਸੀ ਨਾ ਉਹ ਤਾਂ ਜਲਦੀ ਸ਼ਹਾਦਤ ਪ੍ਰਾਪਤ ਕਰ ਗਏ ਫਤੇ ਸਿੰਘ ਜੀ ਅੱਧੀ ਘੜੀ ਪੈਰ ਮਾਰਦੇ ਪਏ ਤੇ ਫਤੇ ਸਿੰਘ ਜਿਹੜੇ ਛੋਟੇ ਸੀ ਉਹ 12 ਮਿੰਟ ਤੜਫਦੇ ਰਹੇ ਉੱਥੇ ਜ਼ਮੀਨ ਤੇ ਪਏ ਖੂਨ ਦੇ ਨਾਲ ਲਹ ਲਹਾਨ ਹੋਏ ਕਿਤੇ ਇਨ੍ਹਾਂ ਵਰਤਾਰਿਆਂ ਨੂੰ ਅਹਿਸਾਸ ਦੇ ਵਿੱਚ ਜਨਮ ਦੇਣ ਦਾ ਯਤਨ ਕਰੀਏ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਫਤੇ ਦੀ ਸਾਂਸ ਸਤਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ